ਗੁਰਦਿਆਲ ਸਿੰਘ ਦਾ ਨੋਵਲ ਅਣਹੋਈ ਬੂਟਿਆ ਇੱਕ ਗਲਮੀ-ਗਲੂਮੀ ਹੈ ਕਿ ਬਿਸ਼ਨ ਨੇ ਗੱਲ ਵਿੱਚੋਂ ਟੋਕੇ ਹੈਰਾਨੀ ਨਾਲ ਅਖਬਾਰ ਵਾਲ ਤੇ ਫਿਰ ਬੂਟੇ ਵੱਲ ਝਾਕਦੇ ਆਖਿਆ ਖੁਦ ਚੱਜ ਨਾਲ ਸਮਝਾਤਾ ਸਹੀ ਬੂਟਾ ਮੁਸਕਰਾ ਪਿਆ ਇਹੋ ਗੱਲ ਬਿਸ਼ਨਾ ਨੂੰ ਪਤਾ ਨਹੀਂ ਕਿੰਨੀ ਵਾਰੀ ਪੁੱਛ ਚੁੱਕਾ ਸੀ ਤੇ ਕਿੰਨੀ ਵਾਰੀ ਬੂਟੇ ਨੇ ਸਮਝਾਈ ਸੀ ਹਰ ਵਾਰ ਬਿਨਾ ਪਿਛਲੀ ਵਾਰ ਦੱਸੀ ਗੱਲ ਦਾ ਵੇਰਵਾ ਦਿੱਤੇ ਬੁੱਟਾ ਨਵੇਂ ਸਿਰਿਓਂ ਸ਼ੁਰੂ ਕਰਦਾ ਤੇ ਉਹਨੂੰ ਆਸ ਹੁੰਦੀ ਕਿ ਐਤਕੀ ਉਹ ਬਿਸ਼ਨੇ ਨੂੰ ਪੂਰੀ ਤਰ੍ਹਾਂ ਸਮਝਾ ਦੇਗਾ ਪਰ ਹਰ ਵਾਰੀ ਉਹਦੀ ਕੋਸ਼ਿਸ਼ ਅਸਫਲ ਰਹਿੰਦੀ ਬਿਸ਼ਨਾ ਜਿਵੇਂ ਸਭ ਕੁਝ ਸਮਝਦਿਆਂ ਵੀ ਕੁਝ ਨਹੀਂ ਸੀ ਸਮਝਦਾ ਜਾਂ ਸਮਝਣਾ ਨਹੀਂ ਸੀ ਚਾਹੁੰਦਾ ਇਹ ਜਿਹੜੇ ਅੰਗਰੇਜ਼ ਆ ਨਾ ਬਾਈ ਹਮੇਸ਼ਾ ਵਾਂਗ ਫੇਰ ਉਹਨੇ ਗੱਲ ਮੁੱਢੋਂ ਤੋਰੀ ਇਸ ਆਲੇ ਬੇਈਮਾਨ ਬੇਈਮਾਨੀ ਨਾਲ ਆਪਣੇ ਘਰੇ ਆਵੜੇ ਤੇ ਲੁੱਟਣ ਲੱਗ ਪਏ ਆਪਣੇ ਲੋਕਾਂ ਤੋਂ ਪਸ਼ੂਆਂ ਵਾਂਗ ਕੰਮ ਲੈਂਦੇ ਆ ਤੇ ਆਪ ਮੌਜਾਂ ਕਰਦੇ ਆ ਰਾਜ ਦਾ ਕੰਮ ਉਹਨਾਂ ਦੇ ਹੱਥ ਹੈ ਫੌਜ ਉਹਨਾਂ ਦੇ ਕੋਲੇ ਹੈ ਇਸ ਕਰਕੇ ਹੁਕਮ ਵੀ ਇਹਨਾਂ ਦਾ ਚੱਲਦਾ ਹੈ ਹੁਣ ਆਪਾਂ ਉਹਨਾਂ ਤੋਂ ਰਾਜ ਖੋ ਕੇ ਆਪਦੇ ਕਬਜ਼ੇ 'ਚ ਕਰਨਾ ਹੈ ਬਸ ਫਿਰ ਗੁਲਾਮੀ ਮੁੱਕ ਜੂ ਤੇ ਆਜ਼ਾਦੀ ਆ ਜੂ ਬਸ ਇੰਨੀ ਗੱਲ ਹੈ ਬਸ ਇਹੋ ਦਾਲ ਜਿਹੜੀ ਬੱਬਾ ਖਾ ਗਿਆ ਵਿਸ਼ਨੇ ਨੇ ਮੁਸਕਰਾ ਕੇ ਕਿਹਾ ਪਰ ਜੇ ਇਹੋ ਕੰਮ ਹੈ ਤਾਂ ਐਨੇ ਲੋਕਾਂ ਤੋਂ 150 ਅੰਗਰੇਜ਼ ਵੀ ਨਹੀਂ ਕੱਢੇ ਜਾਂਦੇ ਇਹ ਆਪਣੇ ਬੰਦੇ ਸਾਰੇ ਗਧਿਆਂ ਦੇ ਲਿੱਤੀ ਐ ਉਹ 150 ਤਾਂ ਨਹੀਂ ਬਾਈ ਹਜ਼ਾਰਾਂ ਨੇ ਨਾਲੇ ਆਪਣੇ ਦੇਸ਼ ਦੇ ਬਥੇਰੇ ਗੱਦਾਰ ਉਹਨਾਂ ਨਾਲ ਲੜੇ ਵੀ ਆ ਤੇ ਆਪਣੇ ਬੰਦੇ ਉਹਨਾਂ ਤੋਂ ਥੋੜੇ ਆ ਆਪਣੇ ਹੁੰਦਾ ਕਈ ਕਰੋੜ ਹੈ ਲੱਖ ਬਹੁਤੇ ਹੁੰਦੇ ਆ ਕਿ ਕਰੋੜ ਉਹ ਹੁੰਦੇ ਤਾਂ ਕਰੋੜ ਹੀ ਬਹੁਤੇ ਆ ਪਰ ਆਪਣੇ ਲੋਕ ਇਕੱਠੇ ਨਹੀਂ ਹੁੰਦੇ ਮੁਸਲਮਾਨਾਂ ਦਾ ਮੂੰਹ ਕਿਸੇ ਪਾਸੇ ਆ ਉਹਨਾਂ ਦੀ ਇੱਕ ਪਾਰਟੀ ਕਹਿੰਦੀ ਆ ਸਾਨੂੰ علیحدਾ ਮੁਲਕ ਦਿਓ ਪਾਕਿਸਤਾਨ ਤੇ ਇੱਕ ਪਾਸੇ ਸਿੱਖ ਬਿਟਰੇ ਫਿਰਦੇ ਆ ਤੇ ਅੰਗਰੇਜ਼ ਆ ਖਤਰਾ ਉਹ ਸਿਕੁੰਦਰਖਾਨੇ ਚਾਲਾਂ ਨਾਲ ਉਹਨਾਂ ਨੂੰ ਹੋਰ ਸ਼ਹਿ ਦਿੰਦੇ ਆ ਵੀ ਉਹਨਾਂ ਦਾ ਕੰਮ ਹੈ ਪਾੜੋ ਤੇ ਰਾਜ ਕਰੋ ਅੱਛਾ ਜੇ ਭਲਾ ਆਪਾਂ ਦੋਏ ਚੱਲੀਏ ਤੇ ਨਾਲ ਲੈ ਚੱਲੀਏ ਆਪਣੇ ਠਾਕਰੇ ਫੌਜੀ ਨੂੰ ਫੇਰ ਕੰਮ ਸਰਜੂ ਵਿਸ਼ਨਵ ਵਿਅੰਗ ਨਾਲ ਮੁਸਕਰਾਇਆ ਬੂਟਾ ਚੁੱਪ ਕਰ ਗਿਆ ਉਹਨੂੰ ਪਤਾ ਸੀ ਕਿ ਹੁਣ ਵਿਸ਼ਨੇ ਨੂੰ ਉਹਦੀਆਂ ਗੱਲਾਂ 'ਚ ਦਿਲਚਸਪੀ ਨਹੀਂ ਸੀ ਤੇ ਹੋਰ ਸੁਣਨ ਲਈ ਤਿਆਰ ਨਹੀਂ ਸੀ ਬਿੰਦੂ ਕੁ ਬਿੱਛੋਂ ਮੁਸਕਰਾ ਕੇ ਬੋਲੇ ਐ ਤਾਂ ਜੀ ਭਾਈ ਆਪਾਂ ਕੱਲੇ ਠਾਕਰੇ ਨੂੰ ਭੇਜ ਦਈਏ ਉਹੀ ਅੰਗਰੇਜ਼ਾਂ ਨੂੰ ਸਮੁੰਦਰੋਂ ਪਾਰ ਭਜਾ ਦੂ ਉਹਨੂੰ ਕੋਤੇ ਆਵੇਂ ਨਾ ਸਮਝ ਲਈ ਪਿਛਲੀ ਲੜਾਈ ਚ ਉਹਨੇ 7 ਜਾਪਾਨੀ ਮਾਰੇ ਸੀ ਢਿੱਡ ਚ ਸੰਗੀਨ ਖੋਖ ਖੋ ਕੇ ਤੇ ਗੱਲਾਂ ਹੋਰ ਪਾਸੇ ਮੁੜ ਪਈਆਂ ਸਨ ਦਿਆ ਕੋ ਰੁੱਟ ਕੇ ਆਪਣੇ ਕੰਮ 'ਚ ਲੱਗੀ ਸੀ ਤੇ ਬੂਟਾ ਕੁਝ ਹੋਰ ਉਰਲੀਆਂ ਪਰਲੀਆਂ ਮਾਰਦਾ ਰਿਹਾ ਤੇ ਜਦੋਂ ਤੁਰਨ ਲਈ ਤਿਆਰ ਹੋਇਆ ਤਾਂ ਵਿਸ਼ਨੌਸੇ ਰੌਂਚ ਬੋਲੇ ਜਦੋਂ ਥੋਡੀ ਅੰਗਰੇਜ਼ਾਂ ਦੇ ਢਿੱਡ ਪਾੜਨ ਦੀ ਸਲਾਹ ਹੋਵੇ ਤੇ ਇੱਕ ਰਾਤ ਅੱਗੋਂ ਦੱਸਦੀ ਆਪਾਂ ਰਾਤ ਨੂੰ 5-7 ਪੱਲੇ ਕੁੱਟ ਲਾਂਗੇ ਮੈਂ ਕਈ ਚੌਰਸ ਰੇਤ ਸਾਹਮਣੇ ਰੱਖ ਛੱਡਿਆ ਡੂਡ ਡੂਡ ਫੁੱਟੇ ਚੰਗਾ ਹੋਰ ਵੀ ਇਕੱਠੇ ਕਰ ਛੱਡੀ ਬਾਈ ਬੂਟਾ ਵੀ ਹੱਸ ਕੇ ਤੁਰ ਪਿਆ ਤੇ ਬਿਸਨਾ ਅੱਡੇ ਉੱਤੇ ਬੋਰੀ ਬਿਠਾ ਕੇ ਲੱਕੜ ਦੀ ਪੇਟੀ ਚੋਂ ਸੰਦ ਕੱਢਣ ਲੱਗ ਪਿਆ ਉਹਨੇ ਇੱਕ ਇੱਕ ਕਰਕੇ ਸੰਦ ਸਾਹਮਣੇ ਖੰਡਾਲੇ ਉਲਟਾ ਪਲਟਾ ਕੇ ਉਹਨਾਂ ਦੀਆਂ ਉਹ ਥਾਵਾਂ ਜਿਹੜੀਆਂ ਉਹਦੀਆਂ ਉਂਗਲਾਂ ਅੰਗੂਠੀਆਂ ਥੇਲੀਆਂ ਨਾਲ ਘਸ ਘਸ ਕੇ ਕੁੜੀਆਂ ਹੋਈਆਂ ਸੀ ਇਓ ਵਹਿੰਦਾ ਰਿਹਾ ਜਿਵੇਂ ਉਹਦੇ ਹੱਥਾਂ ਦੇ ਅਟਣਾ ਵਾਂਗੀ ਸੰਦਾਂ ਦੇ ਵੀ ੱਟਣ ਪਏ ਹੋਏ ਹੋਣ ਵਾਰੀ ਵਾਰੀ ਉਹਨਾਂ ਸੱਫਰਿਆਂ ਦੀਆਂ ਲੰਬਾਂ ਤੇਸਿਆਂ ਦੀਆਂ ਪੀਨਾ ਆਰੀਆਂ ਰੰਦਿਆਂ ਦੀਆਂ ਹੱਥੀਆਂ ਮੁੜ ਮੁੜ ਵੇਖੀਆਂ ਤੇ ਉਪਰੀ ਜੀ ਖੁਸ਼ੀ ਚ ਗੜੂਨ ਜਿਹਾ ਹੁੰਦਾ ਗਿਆ ਫਿਰ ਸਾਰੇ ਸੰਦ ਉਹ ਖੇੜ ਕੇ ਪੱਥਰੀ ਤੇ ਪਾਣੀ ਦਾ ਕੋਲਾ ਚੁੱਕ ਕੇ ਉਹਨਾਂ ਨੂੰ ਤਿੱਖੇ ਕਰਨ ਲੱਗ ਪਿਆ ਸੰਦਾਂ ਦੇ ਠੰਡੇ ਪਿੰਡਿਆਂ ਦੀ ਛੋ ਬੜੀ ਸੁਖਾਵੀ ਲੱਗੀ ਤੇ ਉਹ ਸ਼ਬਦ ਪੜਨ ਲੱਗ ਪਿਆ ਗਲੀਆਂ ਸੁਨੀਂਦਾ ਚਿੱਕੜ ਬਈ ਸੁਨੀਂਦਾ ਗਾਰਾ ਮਿਲਣਾ ਸਤਗੁਰੂ ਨੂੰ ਪਰ ਉਤੋਂ ਉਦੋਂ ਹੀ ਖੇਤੀਏ ਦੀ ਆਵਾਜ਼ ਸੁਣ ਕੇ ਬਿਸਨੇ ਨੇ ਤੇਗ ਪਥਰੀ ਉੱਤੇ ਹੀ ਰੱਖ ਦਿੱਤੀ ਖੁਸ਼ ਹੋ ਕੇ ਬੋਲਿਆ ਆਓ ਇਹ ਬਰੀ ਤੇਆ ਤੋਰਾ ਤੂੰ ਇੰਨੇ ਦਿਨ ਕਿੱਧਰ ਰਿਹਾ ਕਿਤੇ ਦੇਸਤਾ ਨਹੀਂ ਸੀ ਉੱਠ ਗਿਆ ਆਪਦੀ ਖੇਤਣੀ ਨੂੰ ਪਾਲਣ ਨਾ ਰੇ ਕਿਸੇ ਖੇਤਣੀ ਦੀ ਗੱਲ ਕਰਦਾ ਤੂੰ ਆਪਣੀਆਂ ਵਿੰਗੀਆਂ ਕੂਣੀਆਂ ਹੋਰ ਪਛਾਣ ਨੂੰ ਕੱਢ ਕੇ ਕਾਂ ਡੋੜ ਜੇ ਬਣਾ ਕੇ ਬੰਨ੍ਹਦੇ ਆ ਖੇਤੀਆ ਬੋਲਿਆ ਮੈਂ ਤੋ ਨੂੰ ਹੀ ਫਸ ਗਿਆ ਬਿਸਨਾ ਕਾਠ ਚ ਕਾਠ ਵਿੱਚ ਸਮਝ ਉਹ ਚੰਦਰੇ ਮਾਜਨਾ ਕੇ ਮੁਨੀਮੀ ਕਰ ਲਈ ਸਾਰੇ ਮੁਲਕ ਕੇ ਭੁੱਖਿਆਂ ਕੇ ਸਾਲੇ ਰਾਤ ਨੇ ਵੀ ਰੋਕਣਾ ਖਤਾਨ ਲਈ ਰੱਖਿਆ ਕੀ ਗੱਲ ਕੋਨੇ ਹੁਣ ਆਪਦੀ ਜਾਤ ਨੂੰ ਹੀ ਨਿੰਦਣ ਲੱਗ ਪਿਆ ਇਹ ਜਾਤਸਾਹੀ ਮਾੜੀ ਬਿਸਨਾ ਨਫਰਤ ਨਾਲ ਆਪਣਾ ਪੋਪਲਾ ਨੱਕ ਵੱਟਦੇ ਆ ਤੇ ਅੱਖਾਂ ਸੁنگੇੜਦੇ ਆ ਇਹ ਕੀ ਯਾਨੀ ਕਿ ਪੀਸੇ ਕੀ ਖਾਤਰ ਤੇ ਸਕੇ ਆਪਣੀ ਮਾਂ ਕੇ ਖਸਮ ਕੀ ਲਿਆਜ ਕੋ ਨਹੀਂ ਕਰਦੇ ਬਸ ਪੀਸਾ ਚਾਹੀਏ ਗਦੇ ਕੋਈ ਬਾਪੂ ਕਹ ਦੇਂਗੇ ਉਹ ਆਪਣੇ ਪਗਾਈ ਕਰਦਾ ਹੁੰਨਾ ਹੈ ਬਈ ਪੈਸੇ ਬਿਨਾ ਦੁਨੀਆ ਚ ਹੋਰ ਹੈ ਹੀ ਕੁਛ ਨਹੀਂ ਉਹ ਤੋਂ ਹੈ ਪਰ ਉਹ ਬਾਤ ਉਹ ਹੋਰ ਸ ਹੈ ਤੁਸੀਂ ਆਣਾ ਚਲ ਛੋੜੇ ਨਾ ਬਾਤਾਂ ਨੂੰ ਇਹ ਬਨਿਉ ਬਤਾ ਕੱਲ ਕੇ ਬਾਤਚੀਤ ਹੋਈ ਕਚੜੀ ਮੇ ਤੇ ਮਗਰ ਲਈ ਗੱਲ ਹੋਈ ਤੇ ਇਹਨੇ ਬੜੀ ਹੌਲੀ ਜੀ ਪੁੱਛੀ ਬਿਛਨੇ ਦੀ ਹਾਸੀ ਨਿਕਲ ਗਈ ਫਿਰ ਉਹਨੇ ਹੇਠੋਂ ਉਤੋਂ ਤਾਈ ਹੇਤੀਏ ਦੇ ਟੁੱਟੇ ਛੱਤਰ ਮੈਲੇ ਲੱਠੇ ਦੀ ਧੋਤੀ ਲੰਡੀਆਂ ਬਾਹਾਂ ਵਾਲਾ ਝੱਗਾ ਰੂਹ ਦੀ ਗੁੱਦੜੀ ਤੇ ਮੈਲ ਨਾਲ ਕਾਲੀ ਪੀਲੀ ਹੋਈ ਬਾਗੜੀਆਂ ਵਾਲੀ ਖੱਟੀ ਪੱਗਵਲ ਵੇਖਿਆ। ਉਹਦਾਂ ਸਭ ਕੁਝ ਸਰੀਰ ਕਪੜੇ ਲੀੜੇ ਬੜਾ ਤਰਸ ਯੋਗ ਲੱਗਿਆ। ਫਿਰ ਉਹਨੇ ਹੇਤੀਏ ਦੀ ਗੱਲ ਦਾ ਜਵਾਬ ਦੇਣ ਦੀ ਤਾਂ ਮੁਸਕਰਾਉਂਦੀਆਂ ਪਰ ਗੰਭੀਰ ਬੋਲਣਾ ਲੱਗਿਆ। ਓਏ ਬਾਗਰੂ ਬਾਂਦਰਾ ਕਦੇ ਚਾਜ ਦਾ ਕਪੜਾ ਲੀੜਾ ਪਾ ਲਿਆ ਘਰ ਔਰ ਸੈਨ ਬਣਾ ਕੇ ਪੋਤਿਆਂ ਨੂੰ ਪਿੰਡ ਖਰੀਦ ਕੇ ਦੇਵੇਂਗਾ ਕਿ ਆਪਦੇ ਵਿਮਾਨਾਂ ਵਾਸਤੇ ਦਸਾਲੇ ਖਰੀਦਵੇਂਗਾ। ਤੂੰ ਮੁਖੋਲਾ ਫੇਰ ਕਰੀਏ ਪਹਿਲੇ ਬਾਤ ਬਤਾ ਉਥੇ ਕੀ ਹੋਈ ਹੇਤੀ ਦਾ ਮੂੰਹ ਹੋਰ ਗੰਭੀਰ ਹੋ ਗਿਆ ਸੀ ਹੇਤੀਆ ਬਿਸ਼ਨੇ ਦੀਆਂ ਜਿਹੀਆਂ ਗੱਲਾਂ ਨੂੰ ਫਜ਼ੂਲ ਸਮਝਣ ਕਰਕੇ ਅਜਿਹੀ ਕਿਸੇ ਗੱਲਬਾਤ ਧਿਆਨ ਨਹੀਂ ਸੀ ਕਰਦਾ ਮੁੜ ਕੇ ਆਪਣਾ ਹੀ ਫੇਰ ਛੇੜ ਲੈਂਦਾ ਬਾਤ ਤਾਂ ਚੰਗੀ ਹੋ ਗਈ ਬਸ ਅਗਲੀ ਪੇਸ਼ੀ ਤੇ ਕੈਦਕੂਦ ਹੋਜੂ ਜੋ ਹੋਣੀ ਹੈ ਹੈ ਕੈਦਕੂਦ ਕਿਸੇ ਕੈਦ ਯੁੱਧ ਟੈਂਕੀ ਕੈਂਪ ਕੀ ਕਹਿੰਦਾ ਤੇ ਹੋਰ ਉਹ ਸਾਡੇ ਦੁੱਲੜੇ ਇਕੱਠੇ ਪਾਉਣਗੇ ਬਿਛਨੇ ਨੇ ਹਾਸੇ ਕੇ ਅਸੀਂ ਕਿਹੜਾ ਉਹਨਾਂ ਨੂੰ ਘਰੇ ਆਇਆ ਨੂੰ ਖੰਡ ਪਾਈ ਸੀ ਕੁਝੇ ਹੀ ਮਾਰੇ ਸੀ ਨਾ ਪੁਲਿਸ ਵਾਲਿਆਂ ਦੇ ਸਿਰਾਂ 'ਚ ਹੇਤੀਆ ਸਿਰ ਨੀਵਾ ਕਰਕੇ ਕਿੰਨਾ ਚਿਰ ਚੁੱਪ ਬੈਠਾ ਰਿਹਾ ਫੇਰ ਇੱਕ ਡੱਕਾ ਚੁੱਕ ਕੇ ਧਰਤੀ ਖੁਰਲਣ ਲੱਗ ਪਿਆ ਬਿਛਨਾ ਬਾਦ ਅੱਠੀ ਕੋ ਨਹੀਂ ਹੋਈ ਬਹੁਤ ਹੀ ਗੰਭੀਰਤਾ ਨਾਲ ਉਹ ਖਾਸੇ ਚਿਹਰੇ ਪਿਛੋਂ ਹੌਲੀ-ਹੌਲੀ ਬੋਲਿਆ ਤੂੰ ਅੱਛਾ ਨਹੀਂ ਕੀਆ ਕੀ ਅੱਛਾ ਕੀ ਕੀਆ ਓਏ ਬਿਛਨੇ ਦਾ ਹੱਸਦਾ ਚਿਹਰਾ ਵੇਖ ਅੱਖ ਦੇ ਫੋਰਚ ਤਪਣ ਲੱਗ ਪਿਆ ਉਨੇ ਹੇਤੀਏ ਵਾਲੇ ਨੂੰ ਘੂਰ ਕੇ ਝਾਕਿਆ ਜਿਵੇਂ ਉਹਨੇ ਗਾਲ ਕੱਢੀ ਹੋਈ ਹੇਤੀਆ ਨੇ ਘਬਰਾ ਕੇ ਜਦੋਂ ਬਿਸ਼ਨ ਦੇ ਮੂੰਹ ਹਲ ਵੇਖਿਆ ਤਾਂ ਸੱਚੀ ਡਰ ਨਾਲ ਕੰਬ ਗਿਆ ਕੰਬਦੀ ਤੇ ਡਰੀ ਆਵਾਜ਼ ਚ ਕਹ ਕਾਲੀ ਕਾਲੀ ਬੋਲਿਆ ਨਾ ਮੈਂ ਤੈਨੂੰ ਕਹਿੰਦਾ ਤੂੰ ਕਹਿਣਾ ਆਪਦੇ ਜਣਦਿਆਂ ਦਾ ਸਿਰ ਬਿਸ਼ਨਾ ਭੁੱਖਿਆ ਨੂੰ ਉਹਨੂੰ ਪਿਆ ਬੰਦੇ ਦਾ ਪੁੱਤ ਤਾਂ ਐਦੂ ਮੁੜ ਕੇ ਇਹੋ ਜੀ ਗੱਲਾਂ ਕਰੀ ਮੇਰੇ ਸਾਹਮਣੇ ਜਾ ਨਿਕਲ ਜਾ ਇੱਥੋਂ ਹੇਤੀਆ ਭੱਤਰ ਗਿਆ ਉਹਦੇ ਚਿਹਰੇ ਤੇ ਡਰ ਦੇ ਚਿੰਨ ਪ੍ਰਤੱਖ ਸਨ ਕਈ ਵਾਰ ਅੱਗੇ ਵੀ ਉਹਨੇ ਬਿਛੜੇ ਨੂੰ ਜਾਇ ਗੁੱਸੇ ਚ ਵੇਖਿਆ ਸੀ ਪਰ ਇੰਨੀ ਕੋ ਗੱਲ ਤੇ ਏਡੀ ਛੇਤੀ ਉਹ ਹਰਖ ਜਾਏਗਾ ਉਹਨੂੰ ਇਹਦੀ ਛੇਤੀ ਇਹਨੂੰ ਸਮਝ ਨਹੀਂ ਸੀ ਆਈ ਉਹ ਕਬਰਾਇਆ ਹੋਇਆ ਉੱਠ ਘੜੋਤਾ ਤੇ ਮੁੜ ਕੇ ਨਾ ਉਹਦੇ ਉਹਦੀ ਬੋਲਣ ਦੀ ਤੇ ਨਾ ਬਿਛਣੇ ਵੱਲ ਝਾਕਣ ਦੀ ਹਿੰਮਤ ਪਈ ਵੀਂਗੀਆਂ ਂਕੂਣੀਆਂ ਮਾਰਦਾ ਮੂੰਹ 'ਚ ਕੁਝ ਘੁਰਕੁਰ ਕਰਤਾ ਛੇਤੀ ਦੇਣੇ ਤੁਰ ਗਿਆ ਦਿਆ ਕੁਰ ਅੰਦਰੋਂ ਨਾ ਕੇ ਨਿਕਲੀ ਸੀ ਜਦੋਂ ਨੇ ਹੇਤੀਏ ਨੂੰ ਜਾਂਦਿਆਂ ਵੇਖਿਆ ਉਹਨੇ ਬਾਜ਼ ਮਾਰਨੀ ਚਾਹੀ ਪਰ ਬਿਸ਼ਨੇ ਦੀਆਂ ਅੱਖਾਂ ਤਾੜ ਕੇ ਚੁੱਪ ਕਰ ਗਈ ਤੇ ਫਿਰ ਅੰਦਰੇ ਮੁੜ ਗਈ ਬਿਸ਼ਨਾ ਗੋਡਿਆਂ ਉੱਤੇ ਬਾਹਾਂ ਰੱਖੀ ਕਿੰਨਾ ਚਿਰੋਂਵੇਂ ਬੈਠਾ ਅੱਧ ਖੁੱਲੇ ਬੂਹੇ ਹਲ ਝਾਕਦਾ ਹੇਤੀਏ ਦੇ ਛੇਤਰਾਂ ਦੀਆਂ ਕੜੀਸਾਂ ਤਾੜਦਾ ਰਿਹਾ ਅੰਗ 15ਵਾਂ ਜੇਠ ਦੇ ਮਗਰਲੇ ਪੱਖ ਚੌਥੀ ਪੇਸ਼ੀ ਉੱਤੇ ਨਾਜ਼ਮ ਨੇ ਬਿਸ਼ਨੇ ਤੇ ਭਗਤੇ ਨੂੰ ਤਿੰਨ ਤਿੰਨ ਮਹੀਨੇ ਕੈਦ 100-100 ਰੁਪਏ ਦੀ ਸਜ਼ਾ ਸੁਣਾ ਦਿੱਤੀ ਬਿਸ਼ਨੈ ਨੇ ਮਗਰਲੀਆਂ ਦੋਹਾਂ ਪੇਸ਼ੀਆਂ ਤੇ ਇਸ ਜੁਰਮ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਣ ਦਾ ਯਤਨ ਕੀਤਾ ਪਰ ਪੁਲਿਸ ਨੇ ਮੁੱਢੋਂ ਸਾਰੀ ਕਾਰਵਾਈ ਐਵੇਂ ਕੀਤੀ ਸੀ ਵੀ ਦੋਹੇ ਪਰ ਆਈ ਕੋ ਜੇ ਕਸੂਰਵਾਰ ਸਿੱਧ ਹੁੰਦੇ ਸੀ ਇਸ ਲਈ ਕੁਝ ਨਹੀਂ ਸਜ਼ਾ ਦੇ ਭਾਗੀ ਸੀ ਪਿਛਲੇ ਤਿੰਨ ਚੌ ਮਹੀਨਿਆਂ ਚ ਬਿਸ਼ਨੈ ਜਿਵੇਂ ਇਸੇ ਸਜ਼ਾ ਲਈ ਤਿਆਰੀ ਕਰਦਾ ਰਿਹਾ ਉਹਨੇ ਪੁਰਾਣੇ ਹਾਤੇ ਚ ਬਰਿਆਂ ਦੇ ਪਏ ਵਾਧੂ ਜੇ ਕਾਠ ਵਿੱਚ ਹੋਈ ਦੋ ਵੱਡੀਆਂ ਦੋ ਪਹੀਆਂ ਵਾਲੀਆਂ ਇੱਕ ਤਿੰਨ ਪਹੀਆਂ ਵਾਲੀ ਛੋਟੀ ਰੇੜੀ ਹੋਰ ਬਣਾ ਕੇ ਕਰਾਇਤੇ ਦਿੱਤੀਆਂ ਆਖਰੀ ਪੇਸ਼ੀ ਤੇ ਜਾਣ ਤੋਂ ਪਹਿਲਾਂ ਉਹ ਬੂਟੇ ਨੂੰ ਵੀ ਕਹਿ ਗਿਆ ਸੀ ਕਿ ਉਹ ਹਾਤੇ ਦੇ ਇੱਕ ਖੁੰਝੇ ਛੱਪਰ ਪਾ ਕੇ ਆਪਣਾ ਕੋਲੋਂ ਇੱਥੇ ਲਿਆ ਕੇ ਗੱਡ ਲੇ। ਬੁੱਧੇ ਨੂੰ ਪਿਛੋਂ ਦਿਆਕਰ ਦਾ ਪਤਾ ਸਤਾ ਲੈਂਦੇ ਰਹਿਣ ਦੀ ਵੀ ਤਾੜਨਾ ਕਰਤੀ ਸੀ। ਇਸ ਲਈ ਜਦੋਂ ਨਾਜ਼ਮ ਨੇ ਸਜ਼ਾ ਸੁਣਾਈ ਉਹਨੇ ਤਸੱਲੀ ਦਾ ਸਾਹ ਲਿਆ ਤੇ ਬੇਫਿਕਰ ਜਿਹਾ ਹੋ ਗਿਆ। ਇਸ ਆਖਰੀ ਪੇਸ਼ੀ ਉੱਤੇ ਭਗਤੇ ਦਾ ਸਾਣਾ ਤੇਜਾ ਵੀ ਉਹਦੇ ਨਾਲ ਆਇਆ ਸੀ। ਤੇ ਜਦੋਂ ਪੁਲਿਸ ਬਿਛਰੇ ਤੇ ਭਗਤੇ ਨੂੰ ਹੱਥ ਕੜੀਆਂ ਲਾ ਕੇ ਕਚਹਿਰੀੋਂ ਬਾਹਰ ਲਿਆ ਰਹੀ ਸੀ ਭਗਤੇ ਨੇ ਦੂਰੋਂ ਉਹਨੂੰ ਸਹਿਨਤ ਮਾਰ ਕੇ ਸੱਦ ਲਿਆ ਤੇ ਤੁਰਿਆ ਜਾਂਦਾ ਹੀ ਉਹਨੂੰ ਘਰ ਦੀਆਂ ਗੱਲਾਂ ਸਮਝਾਉਂਦਾ ਗਿਆ। ਬਿਸ਼ਨੇ ਨੇ ਜਾਣ ਕੇ ਹੀ ਧਿਆਨ ਉਧਰ ਨਾ ਦਿੱਤਾ ਪਰ ਅਖੀਰ 'ਚ ਜਦੋਂ ਭਗਤੇ ਨੂੰ ਗੋਕਲ ਦਾ ਨਾਂ ਲੈਂਦੇ ਆ ਸੁਣਿਆ ਤਾਂ ਅਚਨਕ ਉਧਰ ਝਾਕਿਆ। ਭਗਤਾ ਕਹਿ ਰਿਹਾ ਸੀ ਜੇ ਲੱਕੜ ਆਸਤੇ ਪੈਸੇ ਥੇਲੇ ਦੀ ਰੋਡ ਪਵੇ ਤਾਂ ਬੁੱਧੇ ਨੂੰ ਨਾਲ ਲਾ ਜਾ ਕੇ ਗੋਕਲ ਤੋਂ ਫੜ ਲਿਓ। ਉਹਨੂੰ ਮੈਂ ਆਖਿਆ ਵੇ। ਬਿਸ਼ਨੇ ਨੇ ਪਹਿਲਾਂ ਹੈਰਾਨੀ ਨਾਲ ਭਗਤੇ ਵੱਲ ਤਾੜਵੀਂ ਨਿਗਾ ਨਾਲ ਵੇਖਿਆ ਪਰ ਫਿਰ ਵਾਰੀ-ਵਾਰੀ ਭਗਤੇ ਤੇ ਤੇਜੇ ਵੱਲ ਝਾਕ ਕੇ ਨੀਵੀਂ ਪਾ ਲਈ। ਉਹਨੂੰ ਆਪਣਾ ਪਿੰਡਾ ਧਰਤੀ ਤੇ ਕਚਹਿਰੀ ਦੀਆਂ ਕੰਧਾਂ ਵੀ ਜੇਠ ਦੀ ਧੁੱਪ ਚ ਭੁੱਜ ਰਹੀਆਂ ਜਾਪਦੀਆਂ ਸੀ। ਆਪਣੀ ਹੱਥਕੜੀ ਦੀ ਸੰਗਲੀ ਪੂਰੀ ਖਿੱਚਦਿਆਂ ਭਗਤੇ ਤੋਂ ਦੂਰ ਹੋ ਕੇ ਤੁਰਨ ਲੱਗ ਪਿਆ। ਭਗਤੇ ਨੂੰ ਪਤਾ ਨਹੀਂ ਸੁਣਿਆ ਕਿ ਨਹੀਂ ਪਰ ਬਿਸ਼ਣ ਨੇ ਬਣਾਉਂਦਿਆਂ ਮੂੰਹ 'ਚ ਦੋ ਤਿੰਨ ਗਾਲਾਂ ਕੱਢੀਆਂ। ਫਿਰ ਕਚਹਿਰੀ ਤੋਂ ਬਾਹਰ ਕੇਲੇ ਵਾਲੀ ਜੇਲ੍ਹ ਦੇ ਬੂਹੇ ਤਾਈਂ ਉਹ ਭਗਤੇ ਵੱਲ ਨਾ ਚੱਕਿਆ। ਉਹਨਾਂ ਦੀ ਕੈਬ ਤੋਂ ਥੋੜੇ ਦਿਨ ਪਿਛੇ ਹੀ ਵਿਆਗੁਰ ਨਾਲ ਸਲਾਹ ਕਰਕੇ ਬੂਟੇ ਨੇ ਹਾਤੇ ਦੇ ਚੜ੍ਹਦੇ ਪਾਸੇ ਫੁੱਲ ਵਾਲਿਆਂ ਦੀ ਹਵੇਲੀ ਦੀ ਕੰਧ ਨਾਲ ਇੱਕ ਛੱਪਰ ਪਾ ਕੇ ਕੋਲੂ ਆ ਗੱਡਿਆ ਪਹਿਲਾਂ ਜਿੱਥੇ ਉਹ ਰਹਿੰਦਾ ਸੀ ਉਹ ਘਰ ਵੀ ਕਿਰਾਏ ਤੇ ਸੀ ਤੇ ਮਾਲਕਾਂ ਨੇ ਬਿਆਨ ਨਹੀਂ ਕਰਾਇਆ ਬਹਾਨੇ ਕਰਾਇਆ ਵਧਾਉਣ ਲਈ ਤੰਗ ਕਰਦਾ ਰਹਿੰਦਾ ਸੀ ਅਸਲ ਗੱਲ ਦਾ ਬੂਟੇ ਨੂੰ ਵੀ ਪਤਾ ਸੀ ਵੀ ਉਹ ਸਰਕਾਰ ਤੋਂ ਡਰਦਾ ਘਰ ਖਾਲੀ ਕਰਾਉਣਾ ਚਾਹੁੰਦਾ ਸੀ ਤੇ ਥਾਣੇਦਾਰ ਤੇ ਅਫਸਰ ਮੰਡੀ ਅਜਿਹੇ ਬੰਦਿਆਂ ਨੂੰ ਹਰ ਤਰ੍ਹਾਂ ਤੰਗ ਕਰਦੇ ਰਹਿੰਦੇ ਸੀ ਜਿਹੜੇ ਮਾੜੀ-ਮੋਟੀ ਕਿਸੇ ਤਰ੍ਹਾਂ ਦੀ ਵੀ ਕੋਈ ਮਦਦ ਕਰਦੇ ਸੀ ਆਮ ਕਰਕੇ ਹੋਰ ਵੀ ਕੋਈ ਬੂਟੇ ਨੂੰ ਕਿਰਾਏ ਤੇ ਥਾਂ ਦੇਣ ਨੂੰ ਤਿਆਰ ਨਹੀਂ ਸੀ ਇਸ ਲਈ ਵਿਛਣੇ ਦੀ ਗੱਲ ਉਹਨੇ ਮੰਨ ਲਈ ਸੀ ਕੋਲੂ ਲੱਗਣ ਨਾਲ ਹਾਤੇ 'ਚ ਜਿਵੇਂ ਰੌਣਕ ਲੱਗੀ ਦਿਆਕਰ ਨੂੰ ਵਿਛਣੇ ਦੇ ਕੈਦ ਹੋਣ ਕਰਕੇ ਜੋ ਵੀ ਮਾੜੀ-ਮੋਟੀ ਉਦਾਸੀ ਹੋਈ ਸੀ ਉਹ ਇਸ ਰੌਣਕ ਨਾਲ ਠੀਕ ਹੋ ਗਈ ਬੂਟੇ ਨਾਲ ਆਪ ਲੱਗ ਕੇ ਛੱਪਰ ਦੇ ਨਾਲ ਲਗਵੀਂ ਠੱਠੀ ਪਈ ਕੋਠੜੀ ਦੀ ਛੱਤ ਸੂਤ ਕਰਵਾ ਕੇ ਲਿਪ-ਪੋਚਕ ਵੀ ਦਿੱਤੀ ਤੇ ਪੰਜ ਸੱਤ ਦਿਨਾਂ ਚ ਇਹ ਬੂਟੇ ਦਾ ਬੰਗਲੇ ਵਰਗਾ ਘਰ ਬਣ ਗਿਆ ਲੈ ਬੂਟਿਆ ਤੇਰੀ ਤਾਂ ਕੋਠੀ ਪੈ ਗਈ ਵਿਆਹ ਕਰਨੇ ਦੂਰ ਖੜੋ ਕੇ ਕੋਠੜੀ ਵੱਲ ਵੇਂਦੀਆਂ ਮੁਸਕਰਾ ਕੇ ਆਖੇ ਕੀ ਪੁੱਛਦੀ ਆ ਪਰਜਾਈ ਐਸਾ ਤਾਂ ਹਿੰਦੁਸਤਾਨ ਦੇ ਵੈਸ ਰਾਏ ਦਾ ਮਹਿਲ ਕਿਹੜਾ ਹੋਣਾ ਬੂਟਾ ਸੱਚੀ ਬੜਾ ਖੁਸ਼ ਸੀ ਉਹਨੂੰ ਵੱਡੀ ਖੁਸ਼ੀ ਵੇਲੇ ਸਿਰ ਵਿਸ਼ਨੇ ਦੇ ਕਾਮ ਆ ਸਕਣ ਤੇ ਉਹਦੇ ਕੋਲ ਰਹਿਣ ਦੀ ਸੀ ਉਹਨੇ ਦੋ ਕੁ ਦਿਨਾਂ ਵਿੱਚ ਹੀ ਆਪਣਾ ਸਾਰਾ ਸਮਾਨ ਢੋ ਲਿਆ ਤੇ ਨਿਆਣਿਆਂ ਨੂੰ ਲੈ ਆਇਆ ਉਦੋਂ ਵੱਡਾ ਮੁੰਡਾ 8-9 ਸਾਲਾਂ ਦਾ ਹੋ ਗਿਆ ਸੀ ਤੇ ਬੁੱਟੇ ਨੇ ਉਹਨੂੰ ਨਾਲ ਹੀ ਕੰਮ ਲਾ ਲਿਆ ਸੀ। ਕੁੜੀ ਮੁੰਡੇ ਨਾਲੋਂ 2 ਕੁ ਸਾਲ ਛੋਟੀ ਸੀ ਤੇ ਕਈ ਵਾਰੀ ਉਹਨੂੰ ਪਾਰਟੀ ਦੇ ਚੰਗੇ ਬੰਦਿਆਂ ਨੇ ਸਲਾਹ ਦਿੱਤੀ ਕਿ ਉਹ ਮੁੰਡੇ ਨੂੰ ਪੜਨ ਭਾ ਦੇ ਵੀ ਪਰ ਬੁੱਟੇ ਨੂੰ ਪਤਾ ਸੀ ਵੀ ਇਹ ਭਗਣਾ ਨਹੀਂ ਸੀ। ਇਸ ਕਰਕੇ ਉਹਨੇ ਦੋਹਾਂ ਨੂੰ ਘਰੇ ਹੀ ਕਾਇਦੇ ਤੇ ਫੱਟੀਆਂ ਸਲੇਟਾਂ ਲਿਆਤੀਆਂ ਤੇ ਜਦੋਂ ਵੇਹ ਲੱਗਦੀ ਆਪ ਹੀ ਪੜਾ ਛੱਡਦਾ। ਮੁੰਡਾ ਕੁੜੀ ਦੋਵੇਂ ਬੜੇ ਸਿਆਣੇ ਤੇ ਸੌ ਵੀ ਸੀ ਤੇ ਦਇਆਕਾਰ ਨੂੰ ਉਹਨਾਂ ਦੇ ਆਉਣ ਦਾ ਜਿਵੇਂ ਚਾਹ ਹੀ ਚੜ ਗਿਆ। ਵਿਮਨ ਦਿਆ ਤੂੰ ਮੇਰੇ ਕੋਲ ਪਹਜਿਆ ਕਰ ਰਾਤ ਨੂੰ ਦਿਆਕੁਰ ਨੇ ਮੁੰਡੇ ਨੂੰ ਆਖਿਆ ਮੁੰਡੇ ਨੇ ਗੋਹ ਨਾਲ ਦਿਆਕੁਰ ਦੇ ਮੂੰਹ ਹਲ ਵੇਖਿਆ ਜਿਵੇਂ ਗੱਲ ਉਹਨੂੰ ਅਣਹੋਣੀ ਜੇ ਲੱਗੀ ਹੋਵੇ ਅੱਜ ਤਾਈ ਉਹਨੇ ਆਪਣੇ ਘਰ ਕਈ ਖੱਦਰ ਦੇ ਲੀੜਿਆਂ ਵਾਲੇ ਸਿੱਖ ਤੇ ਹਿੰਦੂ ਬੰਦੇ ਆਉਂਦੇ ਵੇਖੇ ਸੀ ਪਰ ਕਿਸੇ ਨੇ ਘਰ ਆਉਣ ਲਈ ਜਾਂ ਕੋਲ ਸੌਣ ਲਈ ਉਹਨੂੰ ਨਹੀਂ ਸੀ ਆਖਿਆ ਆਜੂਗਾ ਠਿਲੀ ਜੀ ਆਵਾਜ਼ 'ਚ ਮੁੰਡੇ ਨੇ ਨੀਵੀਂ ਪਾ ਕੇ ਆਖਿਆ ਦਿਆਕੁਰ ਨੇ ਬਾਹਾਂ ਫੜ ਕੇ ਉਹਨੂੰ ਮੰਜੇ 'ਤੇ ਆਪਣੇ ਨਾਲ ਬਿਠਾ ਲਿਆ ਤੇ ਉਹਦੇ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਨ ਲੱਗ ਪਈ ਕੁਝ ਮੁੰਡੇ ਦੀਆਂ ਸਿਆਣੀਆਂ ਗੱਲਾਂ ਕਰਕੇ ਕੁਝ ਉਹਦੀ ਮਿੱਠੀ ਤੇ ਨਰਮ ਬੋਲੀ ਕਰਕੇ ਉਹ ਵਿਦਿਆਕਰ ਨੂੰ ਹੋਰ ਵੀ ਚੰਗਾ ਲੱਗਿਆ ਫਿਰ ਦਿਨਾਂ ਜੀ ਦੋਏ ਨਿਆਣੇ ਵਿਦਿਆਕਰ ਨਾਲ ਹਿਲ ਮਿਲ ਗਏ ਜਦੋਂ ਬੂਟਾ ਬਾਹਰ ਹੰਦਰ ਚਲਿਆ ਜਾਂਦਾ ਉਹਨਾਂ ਨੂੰ ਕਹਿ ਕੇ ਨੁਹਾ ਦਿੰਦੀ ਉਹਨਾਂ ਦੇ ਕੱਪੜੇ ਆਪ ਧੋ ਦਿੰਦੀ ਰੋਟੀ ਟੁਕ ਪਕਾ ਕੇ ਖਵਾ ਦਿੰਦੀ ਭਾਵੇਂ ਉਹਦੇ ਅੰਦਰ ਅਜੇ ਤਾਈਂ ਉਹਨਾਂ ਦੇ ਮੁਸਲਮਾਨ ਹੋਣ ਵਾਲੀ ਤੇ ਨੀਵੀਆਂ ਜਾਤਾਂ ਤੋਂ ਸੋਧ ਰੱਖਣ ਵਾਲੀ ਗੱਲ ਨਿਕਲੀ ਨਹੀਂ ਸੀ ਪਰ ਜਦੋਂ ਵੀ ਉਹਦੇ ਚਿੱਤ 'ਚ ਮੋਹ ਦਾ ਉਛਾਲ ਉੱਠਦਾ ਤਾਂ ਸਭ ਕੁਝ ਭੁੱਲ ਜਾਂਦੀ ਕਈ ਵਾਰ ਉਹ ਦੋਹਾਂ ਨੂੰ ਆਪਣੇ ਭਾਂਡਿਆਂ 'ਚ ਰੋਟੀ ਪਾ ਕੇ ਦੇ ਆਉਂਦੇ ਝੁੱਠੇ ਚੁੱਕ ਕੇ ਆਪਣੇ ਮਾਂਜਣ ਵਾਲੇ ਭਾਂਡਿਆਂ 'ਚ ਰਲਾ ਕੇ ਇਕੱਠੇ ਮਾਂਜ ਲੈਂਦੇ ਤੇ ਜਦੋਂ ਵੀ ਧਰਮ ਤੇ ਸੋਧ ਦਾ ਖਿਆਲ ਆਉਂਦਾ ਉਹ ਬਿੰਦਕ ਸੋਚਦੀ ਪਰ ਫਿਰ ਭੁੱਲ ਜਾਂਦੀ ਬੂਟੇ ਤੂੰ ਤਾਂ ਪੜਿਆ ਲਿਖਿਆ ਹੈ ਅਖਬਾਰ ਕਿਤਾਬਾਂ ਪੜ੍ਹਦਾ ਰਹਿਣਾ ਇਹ ਪਾਪ ਪੁੰਨ ਕੀ ਹੁੰਦਾ ਇੱਕ ਦਿਨ ਗੰਭੀਰ ਹੋ ਕੇ ਦਿਆਕਰ ਨੇ ਪੁੱਛਿਆ ਬੂਟੇ ਨੂੰ ਜਿਵੇਂ ਮੌਕਾ ਥਿਆ ਗਿਆ ਉਹਨੇ ਆਪਣੀ ਕਥਾ ਝੋਲੀ ਇਹ ਪਾਪ ਪੁੰਨ ਦਿਆਗੁਰੇ ਐਵੇਂ ਮੜੇ ਮੌਲਵੀਆਂ ਬਹਾਮਣਾ ਤੇ ਭਾਈ ਜੀਆਂ ਦੇ ਬਣਾਏ ਪਿਆ ਬੰਦਾ ਬਸ ਬੰਦਾ ਹੀ ਹੁੰਦਾ ਹੈ ਬੰਦਾ ਹੀ ਰੱਬ ਹੁੰਦਾ ਹੈ ਜਿਹੜਾ ਆਦਮੀ ਕਿਸੇ ਦਾ ਚਿੱਤ ਦੁਖੀ ਕਰੇ ਉਹ ਪਾਪੀ ਜਿਹੜਾ ਬੰਦੇ ਦਾ ਭਲਾ ਕਰੇ ਉਹ ਧਰਮੀ ਹੋਰ ਸਭ ਪਕਾਈ ਆ ਸਾਰੀਆਂ ਮੁਤਬਰਕਤਾ ਬੰਝ ਲਿਖਿਆ ਬਸ ਬਸ ਠੀਕ ਹੈ ਮੈਨੂੰ ਵੀ ਐਂ ਲੱਗਦਾ ਇਹ ਕਹਿ ਕੇ ਦਿਆਗੁਰ ਨੇ ਸਾਰੀ ਗੱਲ ਮੁਕਾਤੀ ਬੂਟਾ ਛਿੱਥਾ ਜਿਹਾ ਪੈ ਗਿਆ ਉਸ ਦਿਨ ਮਗਰੋਂ ਦਿਆਗੁਰ ਨੇ ਸੋਧ ਸਾਧ ਦਾ ਧਿਆਨ ਰੱਖਣਾ ਵੀ ਛੱਡ ਦਿੱਤਾ ਬੂਟੇ ਦਾ ਮੁੰਡਾ ਤੇ ਕੁੜੀ ਉਹਦੇ ਭਾਂਡਿਆਂ ਨੂੰ ਹੱਥ ਲਾ ਜਾਂਦੇ ਮੰਜੇ ਬਿਸਤਰਿਆਂ ਉੱਤੇ ਆ ਲਟਦੇ ਜਾਂ ਛਾਬੇ 'ਚ ਰੋਟੀਆਂ ਪੇ ਚੁੱਕ ਲੈ ਜਾਂਦੇ ਤਾਂ ਦਿਆ ਘਰ ਨੂੰ ਕੋਈ ਤਕਲੀਫ ਨਾ ਹੁੰਦੀ ਤੇ ਜਦੋਂ ਬੂਟਾ ਰਾਤ ਨੂੰ ਘਰ ਨਾ ਹੁੰਦਾ ਉਦੋਂ ਦੋਹਾਂ ਨੂੰ ਆਪਣੇ ਕੋਲ ਸਵਾ ਲੈਂਦੀ ਗਰਮੀ ਕਰਕੇ ਉੰਜ ਵੀ ਭਵੇਂ ਸਾਰੇ ਵੇੜੇ 'ਚ ਸੌਂਦੇ ਸੀ ਪਰ ਉਹ ਕਹਿ ਕੇ ਉਹਨਾਂ ਦੇ ਮੰਜੇ ਆਪਣੇ ਨੇੜੇ ਸੱਜੇ ਖੱਬੇ ਡੋਹਾ ਲੰਦੀ ਅੱਧੀ ਅੱਧੀ ਰਾਤ ਤਾਈਂ ਉਹਨਾਂ ਨੂੰ ਬਾਤਾਂ ਸੁਣਾਉਂਦੀ ਰਹਿੰਦੀ ਪਰ ਬਾਤਾਂ ਸੁਣਾਉਂਦੀਆਂ ਕਦੇ-ਕਦੇ ਦਿਆਗੁਰ ਦਾ ਚਿਤ ਉੰਜੀ ਉਦਾਸ ਹੋ ਜਾਂਦਾ ਚੁੱਪ ਕਰ ਜਾਂਦੀ ਨਿਆਣਿਆਂ ਨੂੰ ਮੈਨੂੰ ਖੇਡ ਆਉਂਦੀ ਹੈ ਕਹਿ ਕੇ ਟਾਲ ਛੱਡਦੀ ਤੇ ਜਿੱਦ ਦੇ ਮਾਗੀ ਸਵੇਰੇ ਦਿਆਗੁਰ ਨਾਲ ਆ ਕੇ ਸੁੱਤਾ ਸੀ ਉਦੋਂ ਪਿੱਛੋਂ ਕਰਤਾਰੀ ਨੇ ਕਦੇ ਆਪਣੇ ਨਿਆਣਿਆਂ ਨੂੰ ਇੱਧਰ ਨਹੀਂ ਸੀ ਆਉਣ ਦਿੱਤਾ ਇੱਕ ਦੋ ਵਾਰੀ ਮਾਗੀ ਫੇਰ ਵੀ ਚੋਰੀਆਂ ਆਇਆ ਸੀ ਕਿੰਨਾ-ਕਿੰਨਾ ਚਿਹਰੋਣਾ ਕੋਲ ਬਿਠਾ ਕੇ ਉਹਨੂੰ ਕੋਲ ਬਿਠਾ ਕੇ ਉਹਦੇ ਨਾਲ ਗੱਲਾਂ ਕੀਤੀਆਂ ਸੀ ਮਗਰੋਂ ਪਤਾ ਲੱਗਿਆ ਸੀ ਕਿ ਇੰਨੀ ਗੱਲ ਪਿੱਛੇ ਕਰਤਾਰੀ ਨੇ ਮੁੰਡੇ ਨੂੰ ਬੁਰੀ ਤਰ੍ਹਾਂ ਕੁੱਟਿਆ ਸੀ ਤੇ ਉਸ ਪਿੱਛੇ ਉਹ ਡਰ ਦੇ ਹੱਥੇ ਕਦੇ ਉਹ ਡਰ ਦੇ ਹੱਥੇ ਅੱਗੋਂ ਨਹੀਂ ਸੀ ਲੰਘਦੀ ਜਿੱਦਾਂ ਦੀ ਬਿਸ਼ਨੇ ਹੋਰਾਂ ਨੂੰ ਸਜ਼ਾ ਹੋਈ ਸੀ ਉਦੋਂ ਮਗਰੋਂ ਕਰਤਾਰੀ ਗਲੀ ਗਵਾਂਡ ਦੀਆਂ ਤੀਵੀਆਂ ਕੋਲ ਵੀ ਸਾਰਾ ਦਿਨ ਦਿਆ ਘੁਰਬਾਰੇ ਪਹਿੜੀਆਂ ਗੱਲਾਂ ਕਰਦੀ ਰਹਿੰਦੀ ਪਾਂ ਪਾਂਦੇਆਂ ਤੋਂ ਹਮ ਤਾਂ ਲਾਉਂਦੀ ਰਹਿੰਦੀ ਜਦੋਂ ਸਾਰੀਆਂ ਗੱਲਾਂ ਦਿਆਗੁਰ ਦੀ ਕੋਈ ਇੱਕ ਸਹੇਲੀ ਸ਼ੰਤੀ ਬਹਾਮਣੀ ਉਹਦੇ ਕੋਲ ਆ ਕੇ ਦੱਸਦੀ ਤਾਂ ਇੱਕ ਵਾਰੀ ਤਾਂ ਦਿਆਗੁਰ ਦਾ ਜੀ ਕਰਦਾ ਕਰਤਾਰੀ ਨੂੰ ਜਾ ਕੇ ਗੁੱਤੋਂ ਫੜ ਲਏ ਤੇ ਪੁੱਛੇ ਕਿਉਂ ਇਹ ਕਰਦੀ ਕਿ ਫਿਰਦੀ ਸੀ ਪਰ ਫੇਰ ਆਪ ਹੀ ਉਹ ਗੁੱਸਾ ਭੀ ਜਾਂਦੀ ਤੇ ਇਸੇ ਗੱਲ ਨਾਲ ਕਈ ਕਈ ਦਿਨ ਚਿੱਤ ਟਿੱਲਾ ਕਰੀ ਰੱਖਦੀ ਦਿਆਗੁਰ ਨੇ ਕਰਤਾਰੀ ਨੂੰ ਆਪ ਡੋਲੀੋਂ ਲਾਇਆ ਸੀ ਸੱਸਾਂ ਵਾਂਗ ਉਹਨੂੰ ਜੋ ਵੀ ਮੋਹ ਪਿਆਰ ਉਹ ਦੇ ਸਕੀ ਸੀ ਦਿੱਤਾ ਸੀ ਉਹਦੇ ਨਿਆਣੇ ਉਹਨੇ ਆਪ ਪਾਲੇ ਸਨ ਜਿਹੜੇ ਕਾਲੇ ਨੂੰ ਹੁਣ ਕਰਤਾਰੀ ਦਿਆਗੁਰ ਦੀ ਸ਼ਕਲ ਨਹੀਂ ਸੀ ਵੇਖਣ ਦਿੰਦੀ ਦਿਆਗੁਰ ਨੂੰ ਪਤਾ ਸੀ ਉਹਨੇ ਕਿੰਜਉ ਨੂੰ ਪਾਲਿਆ ਸੀ ਅਜੇ ਕੁਝ ਦਿਨਾਂ ਦਾ ਵੀ ਉਹ ਨਹੀਂ ਸੀ ਹੋਇਆ ਕਿ ਕਰਤਾਰੀ ਦੀਆਂ ਦੁੱਧੀਆਂ ਪੱਕ ਗਈਆਂ ਸੀ ਤੇ ਭਗਤਾ ਉਹਨੂੰ ਕਈ ਮਹੀਨੇ ਵੈਦਾਂ ਹਕੀਮਾਂ ਕੋਲ ਲਈ ਫਿਰਿਆ ਸੀ ਮਗਰੋਂ ਦਿਆਗੁਰ ਨੇ ਕਾਲੇ ਨੂੰ ਸੰਭਿਆ ਸੀ ਕਾਲੇ ਨੂੰ ਹੁਣ ਤਾਂ ਹੀ ਆਪਣੇ ਹੱਥੀਂ ਦੁੱਧ ਘਿਓ ਖਵਾਉਂਦੀ ਪਿਆਉਂਦੀ ਰਹੀ ਸੀ ਕਰਤਾਰੀ ਨੂੰ ਵਾਹ ਲੱਗਦੀ ਕਦੇ ਕਿਸੇ ਗੱਲੋਂ ਔਖੀ ਨਹੀਂ ਸੀ ਹੁਣ ਦਿੱਤਾ ਆਪ ਤੰਗੀ ਕੱਟ ਕੇ ਉਹਨੂੰ ਖੁੱਲਾ ਖਾਨ ਹੰਡਾਉਣ ਲਈ ਦਿੰਦੀ ਰਹੀ ਸੀ ਪਰ ਉਹ ਕਰਤਾਰੀ ਹੁਣ ਉਹਨਾਂ ਨਿਆਣਿਆਂ ਨੂੰ ਦਇਆਕੁਰ ਦੇ ਪਰਛਾਵੇਂ ਹੇਠ ਹੋਣੀ ਸੀ ਲੰਘਣ ਦੇਦੀ ਨਹੀਂ ਕੁੱਤਿਏ ਮੈਂ ਡਾਂ ਤੂੰ ਐ ਕਰਦੀ ਐ ਕਦੇ-ਕਦੇ ਜਿਹੀਆਂ ਗੱਲਾਂ ਸੋਚਦੇ ਆਂ ਦਇਆਕੁਰ ਜਦੋਂ ਬੜਵਾਈ ਗੁੱਸੇ ਭਰੀ ਆਵਾਜ਼ ਚ ਆਖਦੀ ਤਾਂ ਮੰੰਦਾ ਤੇ ਜੰਨਤੇ ਕਬਰਾ ਕੇ ਉਸ ਵੱਲ ਵੇਖਦੇ ਜਿਉਂ-ਜਿਉ ਦਿਨ ਬੀਤਦੇ ਸਨ ਦਇਆਕੁਰ ਦਾ ਸਭਾ ਹੋਰ ਵੱਧਦਾ ਜਾਂਦਾ ਸੀ ਇੱਕ ਦਿਨ ਪਤਾ ਨਹੀਂ ਕਿਧਰੋਂ ਠੋਲਾ ਜਿਵੇਂ ਧਰਤੀ ਵਿੱਚੋਂ ਹੀ ਫੁੱਟ ਪਿਆ ਉਹ ਦੂਰੋਂ ਹੀ ਆਪਣੀ ਲੰਮੀ ਬੀਬੀ ਦਾੜੀ ਉੱਤੇ ਹੱਥ ਫੇਰਦਾ ਜਦੋਂ ਬੂਹੇ ਵੜਿਆ ਤਾਂ ਆਸੇ-ਪਾਸੇ ਝਾਕਦਾ ਜਿ ਕੋ ਤੱਕੀ ਚ ਖੀਂ ਕਰਕੇ ਨਿੱਕੇ-ਨਿੱਕੇ ਖੰਗੂਰੇ ਜੇ ਮਾਰਦਾ ਵੇੜੇ ਦੇ ਵਿਚਾਲੇ ਆਕੜ ਹੁੰਦਾ ਪਹਿਲਾਂ ਉਹਨੇ ਹੈਰਾਨੀ ਨਾਲ ਬੁੱਟੇ ਤੇ ਕੋਲੂ ਵਾਲ ਵੇਖਿਆ ਫਿਰ ਲਿਪੀ ਪੋਚੀ ਕੋਠੜੀ ਵਾਲ ਤਾੜਿਆ ਮਗਰ ਉਹ ਕਾਲੀ-ਕਾਲੀ ਐਵੇਂ ਬੋਲਿਆ ਜਿਵੇਂ ਹਰੇਕ ਅੱਖਰ ਮੂੰਹ ਚੋਂ ਚਬੋਲ ਕੇ ਪੀਲਾਂ ਦੀਆਂ ਹਿੜਕਾਂ ਵਾਂਗ ਬਾਹਰ ਥੁੱਕ ਰਿਹਾ ਹੋਵੇ। ਦਿਆਕਰੇ ਘਰੇ ਐ ਘਰੇ ਐ ਰਾਜੀ ਬਾਜੀ ਐ ਬਾਲੀ ਬੱਚਾ ਟੱਕੜਾ ਐ। ਦਿਆਕਰ ਨੇ ਅੰਦਰੋਂ ਨਿਕਲਦੇ ਐ ਇੱਕੋ ਵਾਰ ਉਹਦੇ ਵੱਲ ਘੂਰ ਕੇ ਵੇਖਿਆ ਤੇ ਉਹਦੀ ਇੱਕੋ ਨਜ਼ਰ ਨਾਲ ਠੋਲੇ ਦੀ ਆਵਾਜ਼ ਹੋਰ ਥੜਕ ਗਈ। ਦਿਆਕਰ ਦੇ ਹੱਥ 'ਚ ਲੂਣ ਮਿਰਚਾਂ ਦਾ ਲਿਬੜਿਆ ਘੋਟਾ ਸੀ ਤੇ ਹੱਥ ਜੰਜ ਫੜਿਆ ਸੀ ਜਿਵੇਂ ਉਹਦੇ ਮਾਰਨ ਲਈ ਅੰਦਰੋਂ ਨਿਕਲੀ ਹੋਵੇ। ਚੁੰਨੀ ਅੰਦਰੇ ਰਹਿਣ ਕਰਕੇ ਸਿਰ ਨੰਗਾ ਸੀ। ਮੈਂ ਮੈਂ ਪੁੱਛਿਆ ਹੋਰ ਲਾਣਾ ਬਾਣਾ ਤਾਂ ਤਕੜਾ ਹੈ ਬਿਸ਼ਨੇ ਦਾ ਕੋਈ ਪਤਾ ਸਤਾ ਆਇਆ ਹੋ ਮੱਕਾ ਪਤਾ ਹੀ ਲਿਆ ਮੈਂ ਅਜੇ ਤਾਈਓ ਚੁਪਕੜੋਤੀ ਉਸ ਉਲਤਾੜਵੇਂਗਾ ਵੈਂਦੀ ਸੁਣਦੀ ਰਹੀ ਹੁਣ ਬੋਲਦਿਆਂ ਠੋਲਾ ਛੇਤੀ ਛੇਤੀ ਹੱਥ ਨੂੰ ਤਾਂ ਇੰਜ ਕਰ ਰਿਆ ਸੀ ਜਿਵੇਂ ਕਹਿੰਦਾ ਹੋਵੇ ਠਹਿਰ ਠਹਿਰ ਐ ਨਹੀਂ ਐ ਨਹੀਂ ਕੁੱਤਿਆ ਕਰਿਆੜਾ ਇੱਥੇ ਲੈਣ ਕੀ ਆਏ ਆਗ ਲਾ ਕੇ ਤਮਾਸ਼ਾ ਦੇਖਣ ਦਿਆਗੁਰ ਵਰਗਾ ਗੜਕਾ ਢੋਲੇ ਨੇ ਕਦੇ ਕਿਸੇ ਤੀਵੀ ਦੇ ਬੋਲ ਚ ਨਹੀਂ ਸੀ ਸੁਣਿਆ ਉਹਦੇ ਪੈਰਾਂ ਹੇਠੋਂ ਜਿਵੇਂ ਮਿੱਟੀ ਨਿਕਲ ਗਈ ਹੱਥ ਪੈਰ ਫੁੱਲ ਗਏ ਜਾਪੇ ਤੇ ਅੱਖਾਂ ਮਟਕਾਉਂਦਾ ਉਹ ਪਹਿਲਾਂ ਨਾਲੋਂ ਵੀ ਕਾਲੀ ਬੁਰੜ ਬੁਰੜ ਕਰਨ ਲੱਗ ਪਿਆ ਮੈਂ ਤਾਂ ਮੈਂ ਤਾਂ ਦਿਆਗੁਰ ਹੀ ਸੜਾ ਮੈਂ ਤਾਂ ਮੈਂ ਤਾਂ ਦਾ ਨਿਕਲ ਜਾ ਇੱਥੋਂ ਜੇ ਭਲੀ ਚਾਹਣਾ ਤਾਂ ਨਹੀਂ ਸੇਰ ਮੈਂ ਪੀਜੂ ਭੋਲਾ ਕਿਤੇ ਭੁੱਲਿਆ ਫਿਰਦਾ ਹੋਂਵੇਂ ਦੰਦੀਆਂ ਪੀ ਕੇ ਜਦੋਂ ਦਿਆਗੁਰ ਨੇ ਕਲਕਾਰੀ ਜੀ ਮਾਰੀ ਤਾਂ ਠੋਲਾ ਖੜਾ ਖੜੋਤਾ ਹੀ ਸੋਨ ਹੋ ਗਿਆ ਜਦੋਂ ਨੇ ਪੈਰ ਪੁੱਟਿਆ ਤਾਂ ਉਹ ਲੱਗਿਆ ਜਿਵੇਂ ਸੁਪਨੇ ਵਿੱਚ ਆਏ ਦਬਾਹ ਵੇਲੇ ਉਹ ਜਾਗੋ ਮਿੱਟੀ 'ਚ ਆਪਣੇ ਹਾਥੀ ਵਰਗੇ ਪੈਰਾਂ ਨੂੰ ਧੂਣ ਦਾ ਯਤਨ ਕਰ ਰਿਹਾ ਹੋਵੇ ਅੱਜ ਤਾਂ ਇਹੜੇ ਪੈਰ ਪਾ ਲਿਆ ਸੋ ਪਾ ਲਿਆ ਜੇ ਮੁੜ ਕੇ ਮੈਂ ਗਲੀ ਵਿੱਚ ਦੀ ਲੰਗਦਾ ਦੇਖ ਲਿਆ ਤਾਂ ਗਿੱਟੇ ਵਾਂਗ ਗਿੱਟੇ ਛਾਂਗ ਦੂੰ ਦੇ ਕੇ ਝੁੱਠੀਆਂ ਗਵਾਈਆਂ ਹੁਣ ਹਮਦਰ ਦੀਆਂ ਦਿਖਾਉਣ ਆਇਆ ਤੇਜਾਤ ਕਿਹੜੇ ਕਿਹੜੇ ਕੰਜਰ ਕਿਹੜੇ ਕੰਜਰ ਨੇ ਦਿੱਤੀ ਐ ਝੂਠੀ ਗਵਾਈ ਕੌਣ ਕੌਣ ਕਹਿੰਦਾ ਤੂੰ ਕੰਜਰ ਨੇ ਦਿੱਤੀ ਐ ਤੂੰ ਦੰਦ ਭੀਕੇ ਸਾਰੇ ਜੋਰ ਨਾਲ ਦਿਆਕੁਰ ਨੇ ਵਹਾਵਾ ਕੋਟਾ ਉਹਦੇ ਵੱਲ ਚਲਾਇਆ ਠੋਲਾ ਡਰਦਾ ਵੱਡੇ ਬੂਏ ਦੇ ਤਖਤੇ ਨਾਲ ਜਾ ਲੱਗਿਆ ਹੌਲੀ ਦੇਲੇ ਉਹਦੀ ਟੀਕ ਜੀ ਨਿਕਲ ਗਈ ਜਦੋਂ ਦਿਆਕੁਰ ਝਈ ਲੈ ਕੇ ਫੇਰ ਪਈ ਤਾਂ ਇੱਕ ਵਾਰੀ ਉਹ ਪਛਾਣ ਭੋਂ ਕੇ ਚੱਕ ਗਿਆ ਫਿਰ ਮੂੰਹ ਜੀ ਕੁੱਤੀ تھی ਵੀ ਕੁੱਤੀ تھی ਵੀ ਕਰਦਾ ਜਿਵੇਂ ਬਾਹਰ ਨੂੰ ਭੱਜ ਪਿਆ। ਦਇਆ ਕਰਨੇ ਆਲ ਕੇ ਘੋਟਾ ਫਿਰ ਚੁੱਕਿਆ ਤੇ ਬਾਹਰ ਬੂਏ ਕੋਲ ਆ ਘੜੋਤੀ। ਮਨ ਆਇਆ ਗਾੜਾ ਉਹਨੇ ਠੋਲੇ ਨੂੰ ਕਢਣੀਆਂ ਸ਼ੁਰੂ ਕਰਤੀਆਂ। ਗਲੀ ਚ ਤੁਰੇ ਜਾਂਦੇ ਲੋਕ ਭਵਤਰ ਕੇ ਵੇਖਣ ਲੱਗ ਪਏ। ਤੀਵੀਂ ਆ ਨਿਆਣੇ ਅੰਦਰੋਂ ਭੱਜ-ਭੱਜ ਬਾਹਰ ਆ ਕੇ ਉਹਦੇ ਵੱਲ ਤੇ ਕਾਲੇ ਪੈਰੀ ਵਗੇ ਜਾਂਦੇ ਠੋਲੇ ਵੱਲ ਅੱਖਾਂ ਡੱਡ ਝਾਕਣ ਲੱਗ ਪਏ। ਪਰ ਗੱਲ ਦੀ ਕਿਸੇ ਨੂੰ ਸਮਝ ਨਹੀਂ ਸੀ ਪੈਰੀ। ਠੋਲਾ ਤੋਤੀ ਆਲਾ ਪੱਲਾ ਫੜੀ ਕਬਰਿਆ ਹੋਇਆ। ਬੋੜ-ਬੋੜ ਕਰਦਾ ਪੱਠਵਾਲੀ ਗਲੀ ਦਾ ਮੋੜ ਮੁੜ ਕੇ ਬਾਜ਼ਾਰ ਵੱਲ ਹੋ ਗਿਆ। ਦਿਆਕਰ ਉਸ ਪਿੱਛੋਂ ਵੀ ਕਿੰਨਾ ਚਰੋਂਵੇਂ ਖੜੋਤੀ ਗਾਲਾਂ ਕੱਢਦੀ ਰਹੀ ਤੇ ਜਦੋਂ ਉਹਦਾ ਚਿੱਤ ਹੌਲਾ ਹੋ ਗਿਆ ਤਾਂ ਅੰਦਰ ਮੁੜਾਈ। ਅਗਲੇ ਦਿਨ ਗਲੀ ਮਲੇਚ ਦਿਆਕਰ ਬਾਰੇ ਗੱਲਾਂ ਹੋਣ ਲੱਗ ਪਈਆਂ। ਸਿਆਣੀਆਂ ਤੀਵੀਆਂ ਤਾਂ ਕੁਝ ਸੋਚ ਕੇ ਬੋਲਦੀਆਂ ਪਰ ਕੁਛ ਜੱਜੀਆਂ ਨੇ ਆਪਣੇ ਮਨੋਈ ਜੋੜ ਕੇ ਭੰਪ-ਭੰਦੀਆਂ ਗੱਲਾਂ ਤੋਰਦੀਆਂ। ਆਥਣੇ ਬਾਹਰ ਜਾਂਦੀ ਸੰਤੀ ਬਹਾਮਣੀ ਢਿੱਡ ਥਲਕਾਉਂਦੀ ਤੇ ਕਾਲੀ ਲਾਉਣ ਵਾਲੀ ਆਪਣੀ ਸਾਵੀ ਘਗਰੀ ਨੂੰ ਬੋਚਦੀ ਸਾਹੋ ਸਾਹ ਹੋਈ ਦਿਆਕਰ ਨੂੰ ਇਸ ਬਾਰੇ ਦੱਸਣਾਈ ਤਾਂ ਕਿੰਨਾ ਚਿਰ ਉਹਦਾ ਗੱਲ ਕਰਨ ਦਾ ਹੌਸਲਾ ਨਾ ਪਿਆ ਪੈਰੀ ਪੈਣਾ ਕਹਿ ਕੇ ਪਹਿਲਾਂ ਉਰਲੀਆਂ ਪਰਲੀਆਂ ਮਾਰਦੀ ਰਹੀ ਤੇ ਫਿਰ ਜਦੋਂ ਉਹ ਤੋਂ ਮਨ ਤੇ ਹੋਰ ਕਾਬੂ ਨਾ ਰੱਖਿਆ ਗਿਆ ਤਾਂ ਫੁੱਟ ਪਈ ਲੈ ਦਿਆਕਰੇ ਲੋਕਾ ਜਾਏ ਖਾਣਿਆਂ ਦਾ ਕਿਤੇ ਟਿਕਾਣਾ ਏ ਰਾਮ ਫੇੜੀ ਉੱਤੇ ਪਾਸਾ ਜਿਹਾ ਮਾਰ ਕੇ ਹਿੱਲੀ ਤੇ ਫਿਰ ਆਪਣੀ ਸੰਤਰੀ ਜੁੰਨੀ ਨੂੰ ਖਿੱਚ ਕੇ ਮੱਥੇ ਤੇ ਕਰਦੇ ਆਂ ਦੋਏ ਹੱਥ ਜੋੜ ਕੇ ਮੱਥੇ ਤੇ ਰੱਖਦੇ ਆਂ ਡੂੰਗੀ ਹਮਦਰਦੀ ਨਾਲ ਸਿਰ ਹਿਲਾਉਣ ਲੱਗ ਪਈ। ਦਿਆਕਰ ਨੇ ਉਹਦੇ ਵੱਲ ਪਹਿਲਾਂ ਹੈਰਾਨੀ ਨਾਲ ਤੇ ਫਿਰ ਘੂਰ ਕੇ ਵੇਖਿਆ ਪਰ ਸੰਤੀ ਦੀ ਨੀਵੀਂ ਪਾਈ ਹੋਣ ਕਰਕੇ ਉਹਨੂੰ ਪਤਾ ਨਾ ਲੱਗਿਆ। ਐਡੇ ਚੰਦਰੇ ਲੋਕ ਐ ਦਿਆਕਰੇ। ਉਹਨੇ ਪੇਤ ਪਰ ਹੀ ਬਾਤ ਹੌਲੀ-ਹੌਲੀ ਆਖਿਆ ਵੀ ਬੋਲਣ ਲੱਗੇ ਪੂਰਾ ਕਿਹੜਾ ਅੱਗਾ ਪਿੱਛਾ ਦੇਖਦੇ ਐ। ਆ ਕੱਲ ਦੀ ਠੋਲੇ ਵਾਲੀ ਗੱਲ। ਉਹ ਸੜੀ ਕਰਿਆੜੀ ਆਖੇ ਅਖੇ ਠੋਲਾ ਦਿਆਗੁਰ ਦਿਆਗੁਰ ਕੋਲੇ ਮਿਲਣ ਆਇਆ ਸੀ ਦਿਆਗੁਰ ਨੇ ਕਰੋਧ ਨਾਲ ਭਵਕ ਕੇ ਤੇ ਵੱਡ ਖਾਣਿਆਂ ਵਾਂਗ ਝਾਗਦਿਆਂ ਸ਼ਾਂਤੀ ਦੀ ਗੱਲ ਟੋਕ ਕੇ ਕਿਹਾ ਉਹ ਤਾਂ ਰਹਿ ਜਾਣਗੇ ਆ ਪਾਸੇ ਮੈਂ ਪਹਿਲਾਂ ਤੇਰਾ ਝਾਟਾ ਖੋ ਕੇ ਵਾਰ-ਵਾਰ ਕਰੂੰ ਇਹ ਤੂੰ ਆਖਿਆ ਕਿ ਨਹੀਂ ਕੁੱਤੀਏ ਬਾਂਹਣੀਏ ਸ਼ਾਂਤੀ ਦੇ ਹੱਥ ਹੱਥੀਂ ਥੜੇ ਪੈ ਗਏ ਪਰ ਆਪਣੀ ਖੱਤਰ ਵਿਦਿਆ ਨਾਲ ਉਹਨੇ ਮੂੰਹ ਤੇ ਗੁੱਸੇ ਜਾਂ ਕਬਰਾੜ ਦਾ ਪ੍ਰਭਾਵ ਨਾ ਉਗੜਨ ਦਿੱਤਾ ਤੇ ਕਿਸਿਆਣੀ ਜੀ ਹੋਈ ਜਿਵੇਂ ਦੁਖੀ ਹੋ ਬੋਲੀ ਮੇਰੀ ਜੀਬ ਸੜੇ ਮੈਂ ਕੀ ਕਹਿ ਬੈਠੀ ਸੀ ਭਲੇ ਖਨੂ ਪਰ ਤੂੰ ਸਿਆਣੀਆ ਦਿਆਕੁਰੇ ਲੋਕਾਂ ਅੰਤਰਿਆਂ ਦਾ ਮੂੰਹ ਫੜਿਆ ਜਾਂਦਾ ਲੋਕਾਂ ਦਾ ਨਾਂ ਫੜਿਆ ਜਾਏ ਚਾਹੇ ਫੜਿਆ ਜਾਏ ਤੇਰੀ ਸੰਗੀਤਾ ਤਮ ਮੈਂ ਫੜੂ ਕਿ ਨਹੀਂ ਦਿਆਕੁਰ ਨੇ ਉਸੇ ਤਾਰ ਨਾਲ ਆਖਿਆ ਸੰਤੀ ਦਿਆਕੁਰ ਦੀ ਰਗ ਰਗ ਤੋਂ ਜਾਣੂ ਸੀ ਅਜੇ ਵੇਲੇ ਉਹ ਉਹਨੂੰ ਸ਼ਾਂਤ ਕਰ ਸਕਦੀ ਸੀ ਆਪਣੇ ਸਿਉਨੇ ਦੇ ਵਾਲੇ ਨੂੰ ਇਉਂ ਟੁੰਹਦੀ ਰਹੀ ਜਿਵੇਂ ਚੁੰਨੀ ਦੇ ਧਾਗਿਆਂ 'ਚ ਉਹਦੀ ਕੁੰਡੀ ਕੱਢਦੀ ਹੋਵੇ ਫਿਰ ਨਿਗਾਹ ਦੂਜੇ ਪਾਸੇ ਕਰਕੇ ਕਸੀਸ ਜੀ ਵੱਟਦੇ ਆ ਬੋਲੇ ਮੈਂ ਤਾਂ ਇਸੇ ਗੱਲ ਪਿੱਛੇ ਉਹਦੇ ਨਾਲ ਦੂਰੋਂ ਦੂਰੀ ਮੈਂ ਆਖਾਂ ਸੜੀਏ ਬਣਿਆਣੀਆਂ ਤੇਥੋਂ ਆਪਦੀ ਜ਼ੁਬਾਨ ਨਹੀਂ ਬਸ ਬਸ 'ਚ ਰੱਖੀ ਜਾਂਦੀ ਕਿ ਪਨਾਉਣਾ ਬੱਬਰ ਦਿਆਗੁਰ ਦਾ ਗੁੱਸਾ ਜੇ ਘਟਿਆ ਨਹੀਂ ਸੀ ਪਰ ਉਹ ਆਪਣੇ ਖਿਆਲਾਂ 'ਚ ਗੁਮੀ ਕੁਛੇ ਚੁੱਪ ਕਰੀ ਗਲੋਟੇ ਘੇੜਦੀ ਰਹੀ ਦਿਆਗੁਰ ਆ ਮਹਾਜਨਾਂ ਦੀਆਂ ਢਿੱਡਲਾਂ ਜੀਆਂ ਤਾਂ ਹੁਣ ਤੈਨੂੰ ਕੀ ਆਖਾਂ ਏਡੀਆਂ ਮੁਸਲੀਆਂ ਦੇ ਜਾਣੀਆਂ ਬਈ ਬੱਸ ਪਹਿਲਾਂ ਸ਼ੰਤੀ ਨੇ ਚਲਾਕੀ ਨਾਲ ਗੱਲ ਰੇੜੇ ਪਾ ਲਈ ਫਿਰ ਦਿਆਗੁਰ ਦੇ ਕੋਲ ਪੀੜੀ ਖਿੱਚ ਕੇ ਉੱਕਾ ਹੌਲੀ ਹੌਲੀ ਬੋਲਦੇ ਆ ਕਿ ਤੇ ਤੇ ਦੀ ਕਿਤੇ ਲਹਿ ਗਈ ਮੈਂ ਪਰਸੋਂ ਉਹ ਅਮਰਨਾਥ ਥਾਲੀ ਕਹਿੰਦੀ ਮੈਂ ਫਲਾਣੀ ਕੇ ਘਰ ਬੰਦਾ ਆਉਂਦਾ ਆਪ ਦੇਖਿਆ ਮੈਂ ਆਖਿਆ ਨਹੀਂ ਤੇਰੀ ਮਿੱਟੀ ਸੜੇ ਤੂੰ ਕਿਉਂ ਕਿਸੇ ਭਲੇ ਘਰ ਦੀ ਨੂੰਤੀ ਦੀ ਚਿੱਟੀ ਚੁੰਨੀ ਨੂੰ ਦਾਗ ਲਾਉਣੀ ਐ ਚੰਦਰੀਏ ਚੰਗਾ ਉਹਨੂੰ ਤੋਂ ਭੌਂਕਣਾ ਬੋਲਤਾ ਉਹਨੂੰ ਝਿੜਕੇ ਦਇਆ ਕਰਨੇ ਆਖਿਆ ਤੇ ਫਿਰ ਉਹਦੇ ਵੱਲੋਂ ਧਿਆਨ ਪਾਸੇ ਕਰਕੇ ਘੂਰੇ ਖਲੋਟੇ ਦੀਆਂ ਤੰਦਾਂ ਸੂਤ ਕਰਨ ਲੱਗ ਪਈ। ਭਾਵੇਂ ਮੈਂ ਤਾਂ ਉਹ ਗੱਲ ਕਰਦੀ ਆ ਵੀ ਇਹੋ ਜੀਆਂ ਚੰਦਰੀਆਂ ਤੀਵੀਆਂ ਪਈਆਂ। ਫਿਰ ਸੰਤੀ ਆਪ ਮੋਹਾਰੀ ਉਰਲੀਆਂ ਪਰਲੀਆਂ ਮਾਰੀ ਗਈ। ਉਹਨੂੰ ਮਸਾ ਤਰਵਾਸ ਆਇਆ ਵੀ ਦਇਆ ਕਰ ਦਾ ਗੁੱਸਾ ਘਟਿਆ ਸੀ। ਕੁੱਚਰ ਪਿੱਛੋਂ ਸੰਤੀ ਡਰਦੀ ਜਈ ਗੋਡਿਆਂ ਤੇ ਹੱਥ ਧਰਦਿਆਂ ਕਸੀਸ ਵਟਕੇ ਹਾਈ ਕਹਿੰਦੇ ਆ ਉੱਠੀ ਤੇ ਗੜਵੀ ਚੁੱਕ ਕੇ ਕੁਬੀ ਕੁਬੀ ਤੁਰਦੀ ਥੱਕੀ ਆਵਾਜ਼ ਠੋ ਬੋਲੀ ਹੁਣ ਤਾਂ ਦਿਆ ਕੁਰੇ ਮਰਾਂਗੇ ਗੋਡੇ ਗਿੱਟੇ ਰਹਿੰਦੇ ਜਾਂਦੇ ਆ ਤੂੰ ਮਰੇਂਗੀ ਸੂਰੀਏ ਦਿਆ ਕੁਰ ਨੇ ਉੱਚੀ ਸਾਰੀ ਕਿਆ ਤੂੰ ਤਾਂ ਸਾਰੀ ਮੰਡੀ ਨੂੰ ਖਾ ਕੇ ਨਾ ਮਰੇ ਜਿੰਨਾ ਚ ਨਿੰਦਿਆ ਚੁਗਲੀ ਦੀ ਧੱਤ ਨਹੀਂ ਜਾਂਦੀ ਉਹਨਾਂ ਚਰ ਤੂੰ ਕਿਵੇਂ ਮਰ ਜੇਂਗੀ ਦਿਆ ਕੁਰ ਦਾ ਰੋਂ ਪੂਰੀ ਤਰ੍ਹਾਂ ਠੀਕ ਹੋਇਆ ਵੇਖ ਕੇ ਸੰਤੀ ਉੱਚੀ ਸਾਰੀ ਹੱਸੀ ਤੇ ਹੱਸਦੀ ਹੱਸਦੀ ਬਾਹਰ ਨਿਕਲ ਗਈ ਸ਼ਾਂਤੀ ਦੇ ਜਨਮਗਰੂ ਦਇਆਕੁਰ ਨੂੰ ਇੱਕ ਵਾਰ ਫੇਰ ਤਾ ਆਇਆ ਤੇ ਉਹ ਗਲੋਟੇ ਵਿੱਚੇ ਛੱਡ ਕੇ ਉਠਖੜ ਉੱਤੀ। ਉਹਦਾ ਚਿੱਤ ਬੜਾ ਕਾਲਾ ਪੈ ਗਿਆ ਸੀ। ਉਸ ਰਾਤ ਦਇਆਕੁਰ ਕਈ ਮਹੀਨਿਆਂ ਪਿਛੋਂ ਖੇਢੀ। ਦੀਵੇ ਬਕਤੀਆਂ ਵੇਲੇ ਵਾਲ ਖੋਲ ਕੇ ਵਿਹੜੇ 'ਚ ਮੰਜੀ ਤੇ ਬਹਿ ਕੇ ਸਿਰ ਮਾਰਨ ਲੱਗ ਪਈ। ਪਹਿਲਾਂ ਹੌਲੀ-ਹੌਲੀ ਬੋਲਦੀ ਰਹੀ ਪਰ ਮਗਰੋਂ ਚਿੰਕਵੇਂ ਬੋਲ ਤੇ ਠੋਲੇ, ਠਾਣੇਦਾਰ, ਨਾਜ਼ਮ, ਸਰਕਾਰ ਤੇ ਮੰਦੇ ਚੰਗੇ ਸ਼ਬਦ ਬੋਲਦੀ। ਉਹਦੀ ਰਾਤ ਤਾਂ ਹੀ ਆਪਣਾ ਆਪ ਤੋੜਦੀ ਰਹੀ। ਅਖੀਰ ਜਦੋਂ ਉਹਦਾ ਸੰਗ ਬਹਿ ਗਿਆ ਖੰਘ ਛੜਨ ਲੱਗ ਪਈ ਬੋਲ ਨਿਕਲਣੋਂ ਰਹਿ ਗਿਆ ਤਾਂ ਕਿੰਨਾ ਚਿਰ ਚੀਕਾਂੀਆਂ ਮਾਰਨ ਪਿੱਛੋਂ ਅਖੀਰ ਨਿਢਾਲ ਤੇ ਫਿਰ ਬੇਸੁੱਧ ਹੋ ਕੇ ਉਸੇ ਮੰਜੀ ਤੇ ਟੇਢੀ ਹੋ ਗਈ। ਉਹ ਤਾਂ ਦੋ ਤਿੰਨ ਦਿਨਾਂ ਦਾ ਘਰ ਨਹੀਂ ਸੀ ਆਇਆ। ਉਹਦੇ ਦੋਏ ਨਿਆਣੇ ਇੱਕੋ ਮੰਜੀ ਤੇ ਡਰੇ ਹੋਏ ਛਹਿ ਕੇ ਈ ਗਰਮੀ 'ਚ ਵੀ ਖੇਸਟ ਮੂੰਹ ਸਿਰ ਉਲੇ ਟਿਪੇ ਰਹੇ। ਉਹਨਾਂ ਨੇ ਅਜੇ ਹੱਕ ਤੱਕ ਪਹਿਲੀ ਵਾਰ ਵੇਖਿਆ ਸੀ। ਵੰਡੀਆਂ ਲਈ ਭਾਵੇਂ ਨਵੀਂ ਗੱਲ ਨਹੀਂ ਸੀ। ਅੱਗੇ ਵੀ ਦਿਆਕਰ ਨੂੰ ਖੇਡਦੇ ਆ ਵੇਖਿਆ ਸੀ। ਪਰ ਇੰਜ ਗਾਣਾ ਦਿੰਦੇ ਆ ਤੇ ਆਪਣੀ ਦੇਹ ਤੋੜਦੇ ਆ ਉਹਨਾਂ ਨੇ ਵੀ ਪਹਿਲੀ ਵਾਰੀ ਵੇਖਿਆ ਸੀ ਸਹਿਮ ਤੇ ਇਸ ਚਰਜਤਾ ਨਾਲ ਮਹੱਲੇ ਦੀਆਂ ਤੀਵੀਆਂ ਨੇ ਸਾਰੀ ਰਾਤ ਇਹੋ ਗੱਲਾਂ ਧੋਰੀ ਰੱਖੀਆਂ ਅਗਲੇ ਦਿਨ ਜਦ ਬੂਟਾ ਆਇਆ ਤਾਂ ਵੇੜੇ 'ਚ ਕੂੜਾ ਖਿਲ ਰਿਆ ਵੇਖ ਕੇ ਉਹਨੂੰ ਕੁਝ ਹੈਰਾਨੀ ਹੋਈ ਕਿਉਂਕਿ ਦਿਆਗੁਰ ਨੇ ਕਦੇ ਵੇੜਾ ਅਨਸੰਭਰਿਆ ਨਹੀਂ ਸੀ ਰਹਿਣਤਾ ਤੇ ਜਦੋਂ ਉਹਨੂੰ ਦਿਆਗੁਰ ਵੀ ਅੰਦਰ ਬਾਹਰ ਕਿਧਰੇ ਨਾ ਦੇਸੀ ਤਾਂ ਉਹ ਆਪਣੀ ਕੋਠੜੀ ਵੱਲ ਜਾਉ ਪਹਿਲਾਂ ਦਿਆਗੁਰ ਵੱਲ ਆਉ ਲਿਆ ਤੇ ਅੰਦਰ ਵੜਦੇ ਇੰ ਛਟੰਬਰ ਗਿਆ ਉਗਲੇ ਖੁੰਝੇ ਮੰਝੀ ਉੱਤੇ ਬੇਸੁੱਧ ਜੀ ਪਈ ਸੀ ਸੱਜੀ ਵਾਂ ਉਹਦੀ ਮੰਝੀ ਉਹ ਹੇਠਾਂ ਲਮਕ ਰਹੀ ਸੀ ਤੇ ਖਬੀ ਸਰਾਣੇ ਵੱਲ ਕਰਕੇ ਪਾਵੇ ਦੇ ਸਿਰੇ ਉੱਤੇ ਧਰੀ ਪਈ ਸੀ ਢੇਠ ਵਿਚਾਈ ਦਰੀ ਵੱਟੋ ਵੱਟ ਹੋਈ ਹੋਈ ਸੀ ਤੇ ਉਹਦਾ ਕਿੰਨਾ ਸਾਰਾ ਪੱਲਾ ਪਵਾਂਦਾਂ ਵੱਲ ਲਮਕਿਆ ਹੋਇਆ ਸੀ ਇਕਲਤ ਮੰਝੀ ਦੀ ਟੁੱਟੀ ਹੋਈ ਦੌਣ ਵਿੱਚੋਂ ਭੁੰਝੇ ਲਮਕੀ ਹੋਈ ਸੀ ਤੇ ਪੈਰ ਧਰਤੀ ਦੇ ਟਿਕਿਆ ਸੀ ਬੂਟੇ ਨੇ ਘਬਰਾਟ ਮਹਿਸੂਸ ਕਰਦੇ ਆ ਪਹਿਲਾ ਦੋ ਤਿੰਨ ਬੋਲ ਮਾਰੇ ਪਰ ਜਦੋਂ ਦਇਆ ਘੁਰ ਨਾ ਬੋਲੀ ਤੇ ਮੋਢੇ ਪੜ ਕੇ ਉਹਨੂੰ ਹਿਲਾਉਣਿਆ ਪਰ ਬਿੰਦਕ ਪਿੱਛੋਂ ਮਾੜੀਆਂ ਨਹੀਂ ਅੱਖਾਂ ਪੁੱਟੀਆਂ ਤੇ ਹੂੰ ਕਹਿ ਕੇ ਫੇਰ ਮੀਟ ਲਈਆਂ ਅੱਬਾ ਫਾਈ ਕੱਲ ਸਾਰੀ ਰਾਤ ਰੌਲਾ ਪਾਉਂਦੀ ਰਹੀ ਸੀ ਉੱਚੀ ਉੱਚੀ ਗਾਲਾਂ ਕੱਢਦੀ ਸੀ ਨਾਲੇ ਸਿਰ ਮਾਰਦੀ ਸੀ ਬੂਹੇ ਉ ਬਾਹਰ ਆਖੜ ਉੱਤੇ ਜਨਤੇ ਨੇ ਆਪੇ ਹੀ ਦੱਸਿਆ ਤੇ ਬੂਟੇ ਨੂੰ ਗੱਲ ਸਮਝ ਪੈ ਗਈ ਉਹਨੇ ਪਹਿਲਾ ਦਰਿ ਇਕੱਠੀ ਕਰਕੇ ਵਿਛਾਈ ਫਿਰ ਦਿਆਗੁਰ ਨੂੰ ਸਿੱਧੀ ਕਰਕੇ ਲਟਾਤਾ ਉਹ ਮਗਰੋਂ ਭਗਤੇ ਦੇ ਘਰ ਗਿਆ ਕਰਤਾਰੀ ਨੂੰ ਚਿੰਤਾ ਨਾਲ ਕਿਹਾ ਵੀ ਕਰਤਾਰ ਕੋਰੇ ਦਿਆਗੁਰ ਦੀ ਖਬਰਸਾਰ ਰੱਖੋ ਐ ਤਾਂ ਉਹਦਾ ਕੁਝ ਨਹੀਂ ਬਣਨਾ ਆਪ ਤੁਸੀਂ ਜੇ ਦੇਖਭਾਲ ਨਾ ਕਰੋਗੇ ਤਾਂ ਹੋਰ ਉਹਦਾ ਕੌਣ ਹੈ ਖਬਰਸਾਰ ਨੂੰ ਉਹਦੇ ਗੋਲੀ ਵੱਜੀਆ ਕਰਤਾਰੇ ਨੇ ਨੱਕ ਚੜਾਉਂਦੇ ਆਖਿਆ ਚੰਗਾ ਸਭ ਸਿਆਪਾ ਮੁੱਕੇ ਨਹੀਂ ਅਜੇ ਖਬਰੇ ਬੱਲੇ ਮੱਥਿਆਲੀ ਨੇ ਕਿਨੂੰ ਕਿਨੂੰ ਖਾਣਾ ਰੋਟਾ ਬਿੰਦਕ ਚੁੱਪ ਕਰ ਰਿਹਾ ਪਰ ਫਿਰ ਕੁਝ ਸੋਚ ਕੇ ਬੋਲੇ ਹੂੰ ਤਾਂ ਖੈਰ ਤੁਹਾਡੀ ਮਰਜ਼ੀ ਹੈ ਮੈਂ ਤਾਂ ਉਹਦੀ ਰੋਟੀ ਟੁੱਕ ਦੀ ਗੱਲ ਕਰਦਾ ਸੀ ਹੋਰ ਸਾਮ ਸਮਝਾਈ ਤਾਂ ਮੈਂ ਵੀ ਕਰ ਸਕਦਾ ਜਿਨ੍ਹਾਂ ਨੇ ਵੇੜੇ 'ਚ ਜਦ ਤੱਕ ਜਦ ਤੱਕ ਕੱਟੀਆਂ ਕਰ ਲੀਆਂ ਉਹਨਾਂ ਨੂੰ ਰੋਟੀ ਟੁੱਕ ਕੀ ਦੰਦੀ ਵੱਢਦਾ ਨਾਲੇ ਅੰਨ ਨੂੰ ਕੀ ਲੱਗਿਆ ਹੁੰਦਾ ਏਡੀ ਚੁੱਪ ਵੀ ਤੇ ਵਿਅੰਗਮਈ ਗੱਲ ਬੂਟੇ ਤੋਂ ਚੱਲੀ ਨਾ ਗਈ ਤਾਂ ਭਰਿਆ ਪਿਤਾ ਹੋਰ ਕੁਝ ਆਖੇ ਬਿਨਾ ਮੋੜ ਆਇਆ ਬਾਹਰ ਬੂਹੇ ਦੇ ਨਾਲ ਲੱਗਵਾ ਕੰਤ ਦੀ ਛਾਵੇਂ ਬੈਠਾ ਕਰਤਾਰੀ ਦਾ ਭਰਾ ਤੇਜਾ ਕੰਮ ਕਰੀ ਜਾਂਦਾ ਸੀ ਉਹਨੇ ਅੰਦਰੋਂ ਨਿਕਲਦੇ ਬੂਟੇ ਵੱਲ ਕੋੜ ਕੇ ਵੇਖਿਆ ਤੇ ਕੰਮ ਛੱਡ ਕੇ ਕਿੰਨਾ ਚਿਰ ਉਹਦੇ ਵੱਲ ਝਾਕੀ ਗਿਆ ਬੂਟੇ ਨੇ ਹਾਤੇ ਦਾ ਬਾਰ ਵੜਦੇ ਆ ਭੌਂ ਕੇ ਪਿਛਾਂ ਵੇਖਿਆ ਤੇ ਜਾਜੇ ਵੀ ਉਵੇਂ ਝਾਕੀ ਜਾਂਦਾ ਸੀ ਇੱਕ ਵਾਰੀ ਤਾਂ ਉਹਨੂੰ ਅੰਤਾਂ ਦਾ ਗੁੱਸਾ ਆਇਆ ਪਰ ਫਿਰ ਲੰਮੀ ਸੋਚ ਕੇ ਚੁੱਪ ਕੀਤਾ ਅੰਦਰ ਜਾ ਬੜਿਆ ਅੰਦਰ ਆ ਕੇ ਉਹਨੇ ਛੇਤੀ ਜੇਤੀ ਮੂੰਹ ਧੋਤਾ ਦੂਜੇ ਕੱਪੜੇ ਪਾ ਕੇ ਬਾਹਰ ਨੂੰ ਤੁਰ ਚੱਲਿਆ ਮੈਂ ਦਾਤੇ ਜਨਤੇ ਉਹਦਾ ਝੋਲਾ ਫਰੋਲ ਚੁੱਕੇ ਸੀ ਤੇ ਨਿਰਾਸ਼ ਹੋਏ ਉਹਨੂੰ ਤਿਆਰ ਹੁੰਦਿਆਂ ਵੇਂਦੇ ਰਹੇ ਸੀ ਪਰ ਉਹਨੇ ਧਿਆਨ ਨਹੀਂ ਸੀ ਦਿੱਤਾ ਖਾਲਸੇ ਚੇਰ ਪਿੱਛੋਂ ਜਿਹੜਾ ਬੂਟਾ ਮੁੜਿਆ ਤਾਂ ਉਹਦੇ ਝੋਲੇ 'ਚ ਕਿੰਨਾ ਸਾਰਾ ਕੁਝ ਪਾਇਆ ਹੋਇਆ ਸੀ ਕੁਚਰ ਪਿੱਛੋਂ ਸ਼ਾਂਤੀ ਬੰਮਣੀ ਆ ਗਈ ਬੂਟੇ ਨੇ ਝੋਲੇ ਵਾਲਾ ਨਿਕਸੁਕ ਦਿਆਕਰ ਦੀ ਕੋਠਰੀ 'ਚ ਲਿਆ ਕੇ ਧਰਤਾ ਤੇ ਸ਼ਾਂਤੀ ਨੂੰ ਡਾਕਟਰ ਤੋਂ ਲਿਆਂਦੀ ਦਵਾਈ ਤੇ ਹੋਰ ਸਾਰੀਆਂ ਗੱਲਾਂ ਬਾਰੇ ਸਮਝਾ ਕੇ ਆਪਣੀ ਕੋਠਰੀ ਵਿੱਚ ਆ ਗਿਆ ਘਰ ਦਾ ਬੁਰਾ ਹਾਲ ਹੋਇਆ ਪਿਆ ਸੀ ਅੰਦਰ ਬਾਹਰ ਘਟੇ ਨਾਲਕ ਅਟਿਆ ਪਿਆ ਸੀ ਬਲਦ ਨੂੰ ਕੱਲ ਆਥਣ ਦੇ ਕਿਸੇ ਨੇ ਪੱਠੇ ਨਹੀਂ ਸੀ ਪਾਏ ਨਿਆਣੇ ਦੋ ਦਿਨਾਂ ਤੋਂ ਨਾਤੇ ਨਹੀਂ ਸੀ ਤੇ ਮੰਦੇ ਨੂੰ ਨਾਲ ਲੈ ਕੇ ਉਹਨੇ ਪਹਿਲਾਂ ਸਾਰਾ ਸਮਾਨ ਛਾੜਿਆ ਪੁੰਝਿਆ ਤੋਂ ਇਹ ਬੱਚਿਆਂ ਨੂੰ ਨਵਾਇਆ ਫਿਰ ਬਲਦ ਨੂੰ ਪੱਠੇ ਪਾ ਕੇ ਰੋਟੀ ਦੇ ਆਹਰ ਲੱਗ ਪਿਆ ਦੁਪਹਿਰ ਤਾਈਂ ਦਿਆ ਗੁਰ ਵੀ ਤਕੜੀ ਹੋ ਗਈ ਸੰਤੀ ਉਹਨੂੰ ਰੋਟੀ ਪਕਾ ਕੇ ਵੀ ਖਵਾ ਗਈ ਤੇ ਬੂਟੇ ਦੀਆਂ ਲਿਆਂਦੀਆਂ ਦਵਾਈਆਂ ਬਾਰੇ ਦੱਸ ਕੇ ਚਲੀ ਗਈ ਬੁੱਟਾ ਇੱਕ ਦੋ ਵਾਰੀ ਕੰਮ ਕਰਦਾ ਕਰਦਾ ਵਿੱਚੋਂ ਆ ਕੇ ਪਤਾ ਲੈ ਗਿਆ ਸੀ ਫਿਰ ਜਦੋਂ ਉਹ ਨਿਆਣਿਆਂ ਨੂੰ ਰੋਟੀ ਟੁਕ ਖਵਾ ਕੇ ਵਿਹਲਾ ਹੋਇਆ ਤਾਂ ਦਿਆਕਰ ਦੀ ਮੰਜੀ ਕੋਲ ਆ ਬੈਠਾ ਹੁਣ ਤਬੀਅਤ ਕਿਵੇਂ ਆ ਪਰਜਾਈ ਹੌਲੀ ਦੇਣੇ ਉਹਨੇ ਪੁੱਛਿਆ ਚੰਗੀ ਐ ਵਧੀਆ ਬੜੇ ਖੁਸ਼ ਰੌਣਚ ਮੁਸਕਰਾਉਂਦਿਆਂ ਦਿਆਕਰ ਨੇ ਆਖਿਆ ਤੇ ਆਪੇ ਉੱਠ ਕੇ ਬੈੰਧਿਆ ਬੁੱਟੇ ਵੱਲ ਝਾਕ ਕੇ ਬੋਲੇ ਬੁੱਟਿਆ ਬਾਬੇ ਦਾ ਹੁਕਮ ਹੋਇਆ ਬਈ ਇਹ ਠੋਲੇ ਸਿੰਗੜੇ ਦੀ ਦਾੜੀ ਦਾ ਵਾਲ-ਵਾਲ ਕੀਤਾ ਜਾਏ ਬੁੱਟਾ ਉਹਦੀ ਗੱਲ ਸੁਣਦੇ ਠਾਕਾ ਮਾਰ ਕੇ ਬੋਲੇ ਲੈ ਤੇਰਾ ਆਪਾਂ ਬਾਬਿਆਂ ਦਾ ਹੁਕਮ ਕਾਨੂੰ ਮੋੜਨਾ ਜਿਵੇਂ ਉਹਨਾਂ ਦਾ ਹੁਕਮ ਹੈ ਉਵੇਂ ਕਰਾਂਗੇ ਪਰ ਹੁਕਮ ਪਰਜਾਈ ਤੈਨੂੰ ਲਾਇਆ ਕਿ ਮੈਨੂੰ 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 ਤੇਰਾ ਕੀ ਕੰਮ ਦਇਆ ਕਰਨੇ ਸਿਰ ਘਮਾਉਂਦੇ ਆਖਿਆ ਹੁਣ ਦੇਖੀਏ ਉਸ ਕੁੱਤੇ ਦੀ ਬਾਬਾ ਹਾਲਤ ਕੀ ਕਰਦਾ ਹੈ ਉਹਨੇ ਨਵਾਂ ਨਾਲ ਗੰਦ ਦੀਆਂ ਰੋੜੀਆਂ ਚੂਣੀਆਂ ਤੇ ਫਿਰ ਤਾਂ ਮਾਰ ਮਾਰ ਰੋਣਾ ਪਰ ਬਾਬੇ ਨੇ ਆਖਿਆ ਇਹੋ ਜੇ ਪਾਪੀ ਬੰਦੇ ਨੂੰ ਬਖਸ਼ਣਾ ਨਹੀਂ ਆਪਾਂ ਕਦੋਂ ਤਨੇ ਬਖਸ਼ਣਾ ਆਪੇ ਆਉਦੀਆਂ ਕੀਤੀਆਂ ਭੁਗਤੇ ਬੂਟੇ ਨੇ ਵੇਖਿਆ ਦਇਆਕੁਰ ਜੋਸ਼ ਚ ਬੋਲ ਰਹੀ ਸੀ ਡਾਕਟਰ ਸੀਤਾ ਰਾਮ ਨੇ ਦੱਸਿਆ ਸੀ ਵੀ ਇੰਜ ਜੋਸਟੋਨ ਨਾਲ ਦੌਰਾ ਫੇਰ ਪੈ ਜਾਣ ਦਾ ਡਰ ਸੀ ਪਰਜਾਈ ਸੰਤੀ ਰੋਟੀ ਪਕਾ ਕੇ ਦੇਗੀ ਸੀ ਕਿ ਨਹੀਂ ਬੂਟੇ ਨੇ ਗੱਲ ਹੋਰ ਪਾਸੇ ਮੋੜਨ ਦਾ ਯਤਨ ਕੀਤਾ ਪਰ ਦਇਆਕੁਰ ਨੇ ਜਿਵੇਂ ਉਹਦੀ ਗੱਲ ਸੁਣੀ ਨਹੀਂ ਸੀ ਉੱਪਰੋਂ ਪਲੀ ਬੋਲ ਹੋਰ ਉੱਚਾ ਕਰਦੀ ਬੋਲ ਗਈ ਜਿਹੜੇ ਬੰਦੇ ਬੂਟਿਆਂ ਬੂਟਿਆਂ ਇਉਂ ਕਫਰ ਤੋਲਣਾਂ ਉਹਨਾਂ ਦੇ ਸਤਿਗੁਰ ਕੀੜੇ ਚਲਾਉਂਦਾ ਹੁੰਦਾ ਹੈ। ਨਾਲੇ ਬੁੱਟਿਆ ਜਿਹੜੇ ਲੋਕ ਕਹਿੰਦੇ ਆ ਨਾ ਨਰਕ ਸੁਰਗ ਅਗਲੀ ਦਰਗਾਹ ਭੁਗਤਣਾ ਪੈਂਦਾ ਹੈ। ਸਾਡਾ ਬਾਬਾ ਕਹਿੰਦਾ ਮੈਂ ਸਭ ਕੁਝ ਇੱਥੇ ਥਾਏ ਭੁਗਤਾ ਕੇ ਦਿਖਾਉ। ਜੇ ਪਾਪੀ ਨੂੰ ਖੜੇ ਪੈ ਡੰਡ ਨਾ ਮਿਲਿਆ ਤਾਂ ਬਾਬੇ ਦੀ ਤਲਾਕੀ ਹੋਈ। ਪਾਪੀ ਜਾਣੂ ਕੀ ਬਈ ਲੇਖਾ ਕੀ ਹੁੰਦਾ ਹੈ। ਹੰਕਾਰੇ ਬੰਦਾ ਭੁੱਲ ਜਾਂਦਾ ਵੀ ਉੱਤਵੀ ਕੋਈ ਨੀਲੀ ਛਤਰੀ ਵਾਲਾ ਵੇਖਦਾ। ਉਹ ਸਮਝਦਾ ਵੀ ਆਪਣੀਆਂ ਕੀਤੀਆਂ ਕੌਣ ਵੇਖਦਾ ਆਪਾ ਹੋਏ ਰੱਬ ਆਪ ਕੁੱਤਿਆਂ ਕਰਿਆੜਿਆ ਇੱਕ ਤੂੰ ਝੂਠੀਆਂ ਗਵਾਈਆਂ ਭਰੇ ਨਾਲੇ ਬਾਬਿਆਂ ਮੂਰੇ ਕੁਫਰ ਤੋਲੇ ਓਏ ਹੈ ਇਹ ਤੇ ਰਥ ਕੀ ਫੜੇ ਤੇ ਜਦੋਂ ਦੰਦ ਪੀ ਕੇ ਸਾਹਮਣੀ ਕੰਧ ਵੱਲ ਝਾਕਦੇ ਹੰਦਿਆ ਕੋਨੇ ਆਖਰੀ ਸ਼ਬਦ ਬੁੱਲੇ ਤਾਂ ਬੂਟਾ ਘਬਰਾ ਗਿਆ ਉਹਨੂੰ ਕੁਝ ਨਹੀਂ ਸੀ ਸੁਝ ਰਿਹਾ ਵੀ ਕੀ ਕਰੇ ਬਿੰਦ ਦਾ ਬਿੰਦ ਤਾਂ ਉਹਨੇ ਸੋਚਿਆ ਫਿਰ ਬੋਲਿਆ ਪਰਜਾਈ ਮੈਂ ਸਲਾਹ ਕਰਦਾ ਐ ਵੀ ਬਾਈ ਨਾਲ ਮੁਲਾਕਾਤ ਘਰ ਆਵਾਂ ਨਾਲੇ ਉਹਨੂੰ ਘਰ ਦੀ ਖਬਰ ਸਰਦੇ ਆਵਾ ਕਿਉਂ ਦਿਆਗੁਰ ਨੇ ਕਾਲੀ ਨਾਲ ਬੁੱਟੇ ਦੇ ਮੂਹਰੇ ਹੈਰਾਨੀ ਨਾਲ ਝਾਕਦੇ ਆ ਗਿਆ ਉਹ ਕੋਈ ਨਿਆਣਾ ਹੈ ਇਹਨੂੰ ਘਰ ਦਾ ਪਤਾ ਨਹੀਂ ਨਾ ਨਾ ਆਪਾਂ ਕੋਈ ਨਹੀਂ ਜਾਣਾ ਮੁਲਾਕਾਤਾਂ ਕਰਨ ਨਾਲੇ ਘਰ ਨੂੰ ਕੀ ਹੋਇਆ ਚੰਗਾ ਭਲਾ ਬਾਬੇ ਦੀਆਂ ਮਹਿਰਾਂ ਸੋਖੇ ਨਾਲ ਬੇੜੇ 'ਚ ਨਿਆਣੇ ਖੇਡਦੇ ਆ ਗਊ ਦਾ ਜਾਇਆ ਸੇਵਾ ਕਰਨ ਹੋਰ ਮੈਨੂੰ ਘਰ ਰਸਤੇ ਕੀ ਚਾਹੀਦਾ ਹੈ ਕਮਲਾ ਬੁੱਟੇ ਦਾ ਚਿੱਤ ਕੁਛ ਟਿਕਾਣੇ ਆਉਣ ਲੱਗ ਪਿਆ ਹੁਣ ਦਿਆਗੁਰ ਕੁਝ ਧੀਰਜ ਨਾਲ ਬੋਲਣ ਲੱਗ ਪਈ ਸੀ ਉਹ ਕਾਸਾ ਚਿਰ ਚੁੱਪ ਕਰਕੇ ਬੈਠਾ ਸੁਣਦਾ ਰਿਹਾ ਅਖੀਰ ਉਹ ਬੋਲਦੀ ਬੋਲਦੀ ਦੀ ਮੂੰਹ ਤਾਂ ਕਰਕੇ ਸਿੱਧੀ ਪੈ ਗਈ ਤੇ ਪਈ ਪਈ ਛੱਤ ਵੱਲ ਸੈਣ ਤਾਂ ਕਰਨ ਲੱਗ ਪਈ ਹੋਰ ਬਿੰਦਕ ਮਗਰੋਂ ਨੇ ਅੱਖਾਂ ਮੀਟ ਲੀਆਂ ਤੇ ਚੁੱਪ ਕਰ ਗਏ ਬੁੱਟਾ ਕੋਚਰ ਬੈਠਾ ਰਿਹਾ ਫਿਰ ਉੱਠ ਕੇ ਬਾਹਰ ਆ ਗਿਆ ਉਸ ਪਿਛੋਂ ਕਈ ਦਿਨ ਦਿਆ ਘੁੱਟ ਸੰਗੀ ਭਲੀ ਰਹੀ ਬੁੱਟਾ ਬੇਫਿਕਰ ਹੋ ਗਿਆ ਆਪਣੇ ਕੰਮ ਧੰਦੇ ਲੱਗ ਗਿਆ ਪਰ ਕੁਝ ਦਿਨਾਂ ਮਗਰੋਂ ਇੱਕ ਦਿਨ ਚਾਂਦ ਚੱਕ ਫੇਰ ਉਹਨੂੰ ਦੌਰਾ ਪੈ ਗਿਆ ਦਿੰਦੇ ਛਪਾਰ ਨਾਲ ਉਹ ਖੇਡਣ ਲੱਗੇ ਤੇ ਕੁੱਕੜ ਦੀ ਬਾੰਗ ਵੇਲੇ ਤਾਈਂ ਖੇਡਦੀ ਰਹੇ ਉਹਦਾ ਚਣਕਵਾ ਉੱਚਾ ਬੋਲ ਟਿਗੀ ਰਾਤ ਜਿਵੇਂ ਸਾਰੀ ਮੰਡੀ ਚ ਸੁਣਦਾ ਸੀ ਬੂਟਾ ਕਈ ਵਾਰ ਉੱਠ ਕੇ ਉਹਦੇ ਕੋਲ ਗਿਆ ਹੌਲੀ ਹੌਲੀ ਉਹਨੂੰ ਬੁਲਾਇਆ ਪਰ ਦਿਆਕਰ ਨੂੰ ਕੋਈ ਹੋਸ਼ ਨਹੀਂ ਸੀ ਅਗਲੇ ਦਿਨ ਭਾਵੇਂ ਉਹ ਨਿਡਾਲ ਹੋ ਕੇ ਪਈਦੀ ਪਰ ਪਹਿਲਾਂ ਵਾਂਗ ਉਹਦੀ ਹਾਲਤ ਖਰਾਬ ਨਾ ਹੋਈ ਫਿਰ ਦਿਆਕਰ ਨੂੰ ਰੋਜ਼ ਖੇਡਣ ਦਾ ਸੁਭਾਅ ਪੈ ਗਿਆ ਦਿਨੇ ਚੰਗੀ ਭਲੀ ਰਹਿੰਦੀ ਰਦਨ ਛਿਪਦੇ ਨਾਲ ਸੁੱਚੀ ਉਹਦੇ 'ਚ ਜਿਵੇਂ ਕੋਈ ਭੂਤ ਆਵੜਦਾ ਉਹਦਾ ਬੋਲ ਹੋਰ ਤਿੱਖਾ ਹੋਰ ਉੱਚਾ ਹੁੰਦਾ ਜਾਂਦਾ ਤੇ ਜਦੋਂ ਤਾਈ ਉਕਰ ਨਢਾਲ ਹੋ ਕੇ ਨੇ ਡਿੱਗ ਪੈਂਦੀ ਉਦੋਂ ਤਾਈ ਛੇਲਿਆ ਮੰਗਸੇਰ ਮਾਰਦੀ ਤੇ ਉਹ ਜਲੂਲ ਬੋਲਦੀ ਰਹਿੰਦੀ ਇਹਨਾਂ ਦਿਨਾਂ 'ਚ ਹੀ ਬੂਟੇ ਨੇ ਇੱਕ ਹੋਰ ਵੱਲੀ ਗੱਲ ਵੇਖੀ ਰਾਤ ਨੂੰ ਪਤਾ ਨਹੀਂ ਕਦੋਂ ਦਿਆਕਰ ਨੇ ਇੱਕ ਇੱਕ ਮੋਢੇ ਕ ਤਾਈ ਉੱਚੀ ਥੰਮੀ ਛੱਪਰ ਦੇ ਸਾਹਮਣੇ ਕਰਕੇ ਹਾਤੇ ਦੀ ਕੰਧ ਦੇ ਨਾਲ ਗੱਡ ਕੇ ਉਹਦਾ ਉਤਲਾ ਸਿਰ ਹੱਥ ਕੋਈ ਛੱਡ ਕੇ ਲੀਰਾ ਨਾਲ ਇੱਕ ਛੋਟੀ ਲੰਮੇ ਦਾ ਬੰਨਤੀ ਵਿਸ਼ਣੇ ਦਾ ਕੋਈ ਪੁਰਾਣਾ ਕੁੜਤਾ ਇਸ ਥੰਮੀ ਨੂੰ ਪਵਾ ਕੇ ਡਰਨਾ ਜਿਹਾ ਬਣਾ ਦਿੱਤੀ ਥੰਮੀ ਦੇ ਉਤਲੇ ਸਿਰ ਤੇ ਉਹਨੇ ਢਾਲ ਵਾਲਾ ਪੁਰਾਣਾ ਕੁਜਾ ਮੁੱਦਾ ਮਾਰਤਾ ਕੁਜੇ ਦੇ ਇੱਕ ਪਾਸੇ ਥੋੜੀ ਜੀ ਸਣ ਲਾ ਕੇ ਉਹਦੇ ਗਲ ਉਤੋਂ ਦੀ ਰੱਸੀ ਪਾ ਕੇ ਬੰਨਤੀ ਇਹ ਡਰਨਾ ਰਾਤ ਨੂੰ ਬਾਹਰੋਂ ਗਲੀ ਚ ਤੁਰੇ ਜਾਂਦੇ ਲੋਕਾਂ ਨੂੰ ਬੰਦੇ ਵਰਗਾ ਦਿਸਦਾ ਸੀ ਜਿੱਦੇ ਦਿਆਕਰ ਨੇ ਇਹ ਡਰਨਾ ਬਣਾਇਆ ਉਦੇ ਤੜਕੇ ਉੱਠਨਸਾਰ ਉਹਨੇ ਉੱਚੀ ਆਵਾਜ਼ ਗਿਣ ਕੇ ਕੁਜੇ ਦੇ ਬਣਾਏ ਸਿਰ ਤੇ ਪੰਜ ਜੁੱਤੀਆਂ ਮਾਰੀਆਂ 1 2 3 4 5 6 ਤੇ ਠਿੱਬਾ ਛਤਰ ਕੰਧ ਕੋਲ ਇਉਂ ਸਾਮਕੇ ਰੱਖਿਆ ਜਿਵੇਂ ਕੋਈ ਲੋੜਿੰਦੀ ਕੀਮਤੀ ਚੀਜ਼ ਹੋਵੇ ਰਤਾ ਦੂਰ ਖੜੋ ਕੇ ਮੁਸਕਰਾਉਂਦੇ ਉਸ ਡਰਨੇ ਨਾਲ ਨਿਗਾਹ ਲਾ ਕੇ ਵੇਖਿਆ ਤੇ ਉਹਦੇ ਵੱਲ ਥੁੱਕ ਕੇ ਇੱਕ ਗਾਲ ਕੱਢੀ ਉਹਦੀਆਂ ਅੱਖਾਂ 'ਚ ਨਫ਼ਰਤ ਦੀ ਲਾਲੀ ਸੀ ਇੱਕ ਵਾਰ ਹੋ ਰਿਹਾ ਥੁੱਕਿਆ ਜਿਵੇਂ ਅੱਕ ਦਾ ਪੱਤਾ ਚਬਲਿਆ ਹੋਵੇ ਇਸ ਪਿੱਛੇ ਜਦੋਂ ਸਵੇਰ ਦੀ ਰੋਟੀ ਖਾਣ ਲੱਗੀ ਤਾਂ ਉਹਦੇ ਮੂੰਹ 'ਤੇ ਡੂੰਗੀ ਤਸੱਲੀ ਸੀ ਡਰ ਨਾ ਬਣਾਉਣ ਪਿੱਛੋਂ ਦਇਆਗੁਰ ਨਿਤ ਤੜਕੇ ਉੱਠਣ ਅਨਸਾਰ ਤੇ ਰਾਤ ਨੂੰ ਸੌਣ ਲੱਗਿਆ ਕੰਦ ਨਾਲ ਰੱਖਿਆ ਛਿੱਤਰ ਚੁੱਕਦੀ ਨਖੇੜ ਨਖੇੜ ਕੇ ਇੱਕ ਦੋ ਗਿਣਦਿਆਂ ਪੰਜ ਛਿੱਤਰ ਮਾਰ ਕੇ ਉਹਦੇ ਸਾਹਮਣੇ ਖੜੋਤੀ ਕੁਝ ਚਿਰ ਕੁਝੇ ਤੋਂ ਉਹਦੀ ਹੇਟ ਲੱਗੀ ਸਣ ਦੀ ਦਾੜੀ 'ਵਲ ਝਾਕਦੀ ਰਹਿੰਦੀ ਉਦੋਂ ਉਹਦੀਆਂ ਅੱਖਾਂ 'ਚ ਕੋਈ ਅਵੱਲੀ ਚਮਕ ਆ ਜਾਂਦੀ ਜਿਦੋਂ ਸੌਣ ਤੋਂ ਪਹਿਲਾਂ 5 ਦੀ 6 ਥਾਂ 6 7 ਛੇਤਰ ਮਾਰਦੀ ਉਦੋਂ ਨਾਲ ਦੀ ਨਾਲ ਖੇਡਣ ਲੱਗ ਪੈਂਦੀ ਅੱਧੀ ਰਾਤ ਤਾਈ ਤਾਂ ਆਮ ਹੀ ਤੇ ਕਦੇ-ਕਦੇ ਸਾਰੀ-ਸਾਰੀ ਰਾਤ ਵੀ ਖੇਡਦੀ ਰਹਿੰਦੀ ਜਿਉਂ-ਜਿਉਂ ਵਧੇਰੇ ਖੇਡਣ ਲੱਗਦੀ ਗਈ ਨਡਾਲ ਵੀ ਘੱਟ ਹੋਣ ਲੱਗ ਪਈ ਜਿਸ ਰਾਤੋਂ ਬਹੁਤ ਚਿਰ ਖੇਡਦੀ ਰਹਿੰਦੀ ਉਦੋਂ ਅਗਲੇ ਦਿਨ ਸਗੋਂ ਹੋਰ ਦਿਨਾਂ ਨਾਲੋਂ ਵਧੇਰੇ ਖੁਸ਼ ਦਿਸਦੀ ਦਿਆਕੁਰ ਬਾਰੇ ਗੱਲਾਂ ਆਸੀ ਪਾਸੀ ਪਿੰਡਾਂ ਤੱਕ ਪਹੁੰਚ ਗਈਆਂ ਬਿਸ਼ਨੇ ਦੇ ਜੱਦੀ ਪਿੰਡ ਦੀਆਂ ਧੀਵੀਆਂ ਤੇ ਬੰਦੇ ਵੀ ਆ ਕੇ ਉਹਦੀ ਖਬਰ ਸਾਰ ਲੈ ਕੇ ਪਰ ਜਿਹੜਾ ਵੀ ਆਉਂਦਾ ਦਿਆਕੁਰ ਉਹਦੇ ਨਾਲ ਇਉਂ ਗੱਲਾਂ ਕਰਨ ਲੱਗ ਪੈਂਦੀ ਕਿ ਅੱਗੋਂ ਕਿਸੇ ਨੂੰ ਫੋਕੀ ਹਮਦਰਦੀ ਦਿਖਾਉਣ ਦੀ ਵੀ ਹਿੰਮਤ ਨਾ ਪੈਂਦੀ ਬਿਸ਼ਨੇ ਦਾ ਕੈਦ ਹੋਣਾ ਘਰ ਖੁਸਣਾ ਉਹਦੇ ਲਈ ਜਿਵੇਂ ਸੂਈ ਸਿਲਾਈ ਗਵਾਚਣ ਵਰਗੀਆਂ ਘਟਨਾਵਾਂ ਸੀ ਤੇ ਜਦੋਂ ਚੜ੍ਹਦੀ ਕਲਾ 'ਚ ਹੱਸ-ਹੱਸ ਕੇ ਇਹ ਗੱਲਾਂ ਕਰਦੀ ਤਾਂ ਲੋਕ ਹੈਰਾਨ ਰਹਿ ਜਾਂਦੇ ਇੱਕ ਦਿਨ ਸਿਕਰ ਦੁਪਹਿਰੇ ਬੁੱਧਾ ਪਤਾ ਨਹੀਂ ਕਿਧਰੋਂ ਤੁਰਿਆ ਫਿਰਦਾ ਆ ਗਿਆ। ਉਹਦੇ ਸਿਰ ਉੱਤੇ ਚਿੱਕੜ ਵਰਗੀ ਪੱਗ, ਗਲ ਲੀਰਾਂ ਹੋਇਆ ਝੱਗਾ, ਦਾੜੀ ਬੁਰੀ ਤਰ੍ਹਾਂ ਖਿਲਰੀ ਤੇ ਟਾਂ ਦੇ ਕੇਰੀ ਨਾਲ ਲੱਟੀ ਹੋਈ ਸੀ। ਨਿੰਮੋ ਝੁਣਾ ਚੁੱਪ ਕਰਕੇ ਛੱਪਰ ਦੀ ਥੰਮੀ ਕੋਲ ਆ ਬੈਠਾ। ਵਾਹ ਗੁਰੂ! ਇਹ ਤੂੰ ਕਿਧਰੋਂ ਐਸੇ ਵੇਲੇ? ਆਹ ਹਾਲ ਕੀ ਬਣਾਈ ਫਿਰਦਾ ਆਪਦਾ? ਦਿਆ ਗੁਰ ਨੇ ਪਹਿਲਾਂ ਮੁਸਕਰਾਉਂਦੇ ਆ ਪਰ ਪਿੱਛੋਂ ਗੰਭੀਰ ਹੋ ਕੇ ਹੈਰਾਨੀ ਨਾਲ ਪੁੱਛਿਆ। ਵਕਤ ਪੂਰਾ ਕਰਦਾ ਦਿਆ ਗੁਰੇ, ਹਾਲ ਹੂਲ ਕਾ ਦਾ ਬੁੱਧੂ ਨੇ ਜਿਵੇਂ ਢੂੰਗਾ ਫੋਕਾ ਪਰ ਦੇ ਕਿਸੀ ਸਵਟਕੇ ਗਿਆ ਤੇ ਫਿਰ ਬਾਹਾਂ ਦੀ ਕੰੰਗੀ ਗੋਡਿਆਂ ਉੱਤੋਂ ਦੀ ਪਾਈ ਬੈਠਿਆਂ ਬੈਠਿਆਂ ਪਛਾਣੂ ਲੜਕੇ ਕੁੱਲਿਆਂ ਭਾਰ ਹੁੰਦੇ ਆ ਉਹ ਕਿਣਾ ਜਿਹੀਆਂ ਪਾਉਣ ਲੱਗ ਪਿਆ ਮੈਨੂੰ ਤਾਂ ਪਤਾ ਹੀ ਕੱਲ ਲੱਗਿਆ ਮੈਂ ਆਖਿਆ ਖਬਰ ਨਹੀਂ ਦਿਆਕਰ ਸੋਚੂ ਬਈ ਦਿਆਕਰ ਤਾਂ ਕੁਛ ਨਹੀਂ ਸੋਚਦੀ ਉਹਨੇ ਪੀੜੀ ਤੇ ਬਹਿੰਦਿਆਂ ਬੁੱਧੇ ਦੇ ਮੁੜਕੇ ਤੇ ਮਿੱਟੀ ਨਾਲ ਬੇਸਿਆਣ ਹੋਏ ਮੂੰਹ ਹਲਤਾੜ ਕੇ ਕਿਹਾ ਤੂੰ ਪਹਿਲਾਂ ਇਹ ਦੱਸ ਆਇਆ ਕਿਧਰੋਂ ਆਇਆ ਇਨੇ ਦਿਨ ਰਿਹਾ ਕਿਥੇ ਕੀ ਦਸਾਂ ਦਿਆ ਕੁਰੇ ਮੈਂ ਤਾਂ ਕੰਮ ਲੱਗਿਆ ਮਾਲੇ ਕਾਰੀਗਰ ਨਾਲ ਪਹਿਲਾਂ ਮੁਕ ਸਰਵ ਨਹੀਂ ਲਾ ਕੇ ਆਇਆ ਮਹੀਨਾ ਸਾਰਾ ਹੁਣ ਕੱਲ ਦੇ ਆ ਟੁੰਡੇ ਲੋਟिए ਕੀ ਬੈਠਕ ਪਾਉਣ ਲੱਗੇ ਆ ਕੱਲ ਦਾ ਹੀ ਤਕਾਉਂਦਾ ਸੀ ਵੀ ਜਾ ਕੇ ਆਵਾਂ ਹੈ ਤੂੰ ਭਗਤੇ ਨਾਲੋਂ ਹਟ ਗਿਆ ਸੀ ਬੜੀ ਹੈਰਾਨੀ ਨਾਲ ਦਿਆ ਕੁਰੇ ਨੇ ਪੁੱਛਿਆ ਉਹ ਤਾਂ ਜਿੱਦẽ ਦਾ ਉਹਦਾ ਸਾਲਾ ਤੇ ਜਾ ਵੜਿਆ ਉਦੋਂ ਤੋਂ ਹੀ ਕਰਤਾਰੀ ਵੱਡੂ ਖਾਉਂ ਕਰਦੀ ਰਹਿੰਦੀ ਸੀ ਫਗਤਾ ਆਪ ਤਾਂ ਕੁਛ ਬੋਲਦਾ ਨਹੀਂ ਸੀ ਉਹ ਅੰਦਰੇ ਅੰਦਰੇ ਦੁਖੀ ਹੁੰਦਾ ਰਹਿੰਦਾ ਮੈਂ ਫੇਰ ਆਪੀ ਲੰਮੀ ਸੋਚ ਕੇ ਛੱਡ ਗਿਆ ਤਾਂ ਤੂੰ ਇੱਧਰ ਆਪਦੇ ਬਾਈ ਕੋਲੇ ਕਦੇ ਗੱਲ ਹੀ ਨਾ ਕੀਤੀ ਆਕੇ ਚੰਦਰਿਆ ਬੱਸ ਸ਼ਰਮੀ ਮਾਰੀ ਗਈ ਤੇ ਆਖੁਰੇ ਦੋਸ਼ੀ ਮੂੰ ਨਾਲ ਨਹੀਂ ਮੀ ਪਾਈ ਨਵਾਂ ਨਾਲ ਮਿੱਟੀ ਤੇ ਲਕੀਰਾਂ ਬੋਂਦਿਆਂ ਹੌਲੀ ਦੇ ਨੇ ਬੁੱਧਾ ਬੋਲਿਆ ਸੋਚਿਆ ਵੀ ਬਾਈ ਕੀ ਆਖੂਗਾ ਤੁਰ ਫਿੱਟੇ ਮੂੰ ਤੇਰੇ ਦਿਆਕੁਰ ਨੇ ਦੇ ਇਉਂ ਘੂਰ ਕੇ ਕਿਹਾ ਜਿਵੇਂ ਕਿਸੇ ਨਿਆਣੇ ਨੂੰ ਝਟਕਦੀ ਹੋਵੇ ਤਾਂ ਬਨੋਤੀ ਜੇ ਗੁੱਸੇ ਨਾਲ ਗੱਜ ਕੇ ਬੋਲੀ ਤੇ ਜੀਨੇ ਤੈਨੂੰ ਸਾਰੀ ਉਮਰ ਗਲ ਲਾਈ ਰੱਖਿਆ ਉਹ ਹੁਣ ਤੈਨੂੰ ਟੁੱਕ ਦੀ ਬੁਰਕੀ ਦੇਣ ਜੋਗਾ ਵੀ ਨਹੀਂ ਸੀ ਸਾਥੋਂ ਤੇਰੀਆਂ ਦੋ ਗੁੱਲੀਆਂ ਨਾ ਜੁੜਦੀਆਂ ਬੁੱਧੇ ਤੋਂ ਦਿਆਕੁਰ ਦੀ ਏਡੀ ਆਪਣਤ ਭਰੀ ਗੱਲ ਦਾ ਭਾਰ ਸਹਾਰਿਆ ਨਾ ਗਿਆ ਤੇ ਉਹ ਸੱਚੀ ਨਿਆਣਿਆਂ ਵਾਂਗ ਅੱਖਾਂ ਪਰ ਆਇਆ ਦਿਆਕੁਰ ਨੇ ਜਦੋਂ ਇੱਕ ਦੋ ਹੋਰ ਜਈਆਂ ਗੱਲਾਂ ਆਖੀਆਂ ਤਾਂ ਫਿਸ ਪਿਆ ਹੁੱਕੀ ਹੁੱਕੀ ਰੋਣ ਲੱਗ ਪਿਆ ਕਿੰਨੇ ਚਿਰ ਪਿਛੋਂ ਉਹਦਾ ਚਿੱਤ ਕੁਝ ਟਿਕਿਆ ਤਾਂ ਘੱਗੇ ਬੋਲ ਨਾਲ ਉਹ ਆਪਣੀ ਵਿਥਿਆ ਦੱਸਣ ਲੱਗ ਪਿਆ। ਇਸ ਘਰੇ ਮੈਂ ਦਿਆ ਗੁਰੇ ਰਾਜ ਭੋਗਿਆ ਸੀ ਰਾਜ ਤੇ ਹੁਣ ਇਹੋ ਧਮ ਧਮੜ ਧੁੱਪ ਚ ਸਾਰਾ ਦਿਨ ਸਿਰ ਚ ਖੇ ਪੁਆਣਾ ਤੇ ਨਾਲੇ ਲੋਕਾਂ ਦੀਆਂ ਝਿੜਕਾਂ ਸਹਿਣਾ। ਜਿਸ ਘਰੇ ਦਿਆ ਗੁਰੇ ਤੀਵੀਂ ਦਾ ਰਾਜ ਹੋਵੇ ਉਹ ਘਰ ਕਦੇ ਤੁਗਦਾ ਨਹੀਂ ਹੁੰਦਾ। ਅਖੀਰ ਆਪੇ ਸਭ ਕੁਝ ਦੇਖ ਕੇ ਛੱਡ ਛੱਡਾ ਕੇ ਤੁਰ ਗਿਆ। ਚੰਗਾ ਹੁਣ ਤੂੰ ਬਾਲੀ ਪਕਾਈ ਨਾ ਮਾਰ। ਆ ਸੰਦ ਪਈ ਐ ਤੇ ਮਾੜੀ ਮੋਟੀ ਲੱਕੜ ਤਿੰਬੜ ਵੀ ਪਈ ਐ ਤੇਰੇ ਜੋਗੇ ਮੁੱਕਦੀ ਨਹੀਂ ਚੁੱਪ ਕਰਕੇ ਕੱਲ ਤੋਂ ਕੰਮ ਕਰਨਾ ਲੱਗੀ ਜਿਹੜਾ ਨੂਨ ਤੇਲ ਜੋਗਾ ਕਰ ਲਿਆ ਕਰੇਗਾ ਉਹ ਤੇਰਾ ਉਥੋਂ ਨਾਲੋਂ ਤਾਂ ਸੌਖਾ ਰਹੇਗਾ ਕਿਤੇ ਪੈੜ ਤੋਂ ਡਿੱਗ ਪਿਆ ਜਾਂ ਸਿਰ 'ਚ ਇੱਟ ਵੱਜੀ ਤਾਂ ਮਰ ਜਾਏਗਾ ਮੈਂ ਕਹਿੰਦਾ ਸੀ ਬਾਈ ਆ ਲੈਂਦਾ ਉਹ ਬਾਈ ਕਾਲੇ ਪਾਣੀ ਨਹੀਂ ਗਿਆ ਅੱਜ ਚੋਂ ਦਿਨਾਂ ਨੂੰ ਬਾਈ ਆਜੂ ਚੋਲੀ ਤੇਲ ਤੇ ਉਹਨਾਂ ਚਿਰ ਤੂੰ ਆ ਕੇ ਹੋਰ ਨਹੀਂ ਤਾਂ ਅੱਡੇ ਤੇ ਹੀ ਬੈਠੇਗਾ ਅੱਡੇ ਦੇ ਭਾਗ ਬੰਦੇ ਨਾਲ ਹੁੰਦੇ ਆ ਬੰਦੇ ਦੇ ਅੱਡੇ ਨਾਲ ਨਾ ਹੋਰ ਕੁਝ ਹੋਊ ਤਾਂ ਬੈਠਾ ਨੂਨ ਮਿਰਚਾਂ ਵਾਲੀਆਂ ਪੇੜਾਂ ਹੀ ਬਣਾ ਬਣਾ ਵੇਚੀ ਜਾਂਈ ਉਧਰੋਂ ਰੇੜੀਆਂ ਦਾ ਕਰਾਇਆ ਆਈ ਜਾਂਦਾ ਆਪਣੇ ਜੋਗਾ ਬਥੇਰੇ ਆਪ ਰੋਟੀ ਟੁੱਕ ਟੋਕੇ ਥੋ ਖਾ ਗਏ ਜਵਕਾਂ ਜੱਲਿਆਂ ਵਾਸਤੇ ਮਣ ਧੌਣ ਦਾਣੇ ਆਧਾਰ ਸੁਧਾਰ ਲੈ ਕੇ ਡੰਗਸਾਰ ਲਈ ਜਿੱਦੇ ਤੇਰਾ ਬਾਈ ਆ ਗਿਆ ਮਹੀਨਾ ਕੰਮ ਕਰਕੇ ਬਾਬੇ ਦੀ ਮੇਰ ਨਾਲ ਸਭ ਧੌਣੇ ਧੋਤੇ ਜਾਣਗੇ ਬੁੱਧੇ ਤੋਂ ਹੋਰ ਕੁਝ ਨਾ ਬੋਲਿਆ ਗਿਆ ਹਾੜ ਦੀ ਧੁੱਪ ਚੋਂ ਸੱਚੀ ਇੱਟਾਂ ਗਾ ਰਫੜਾਉਂਦਾ ਮਰ ਲੱਥਾ ਸੀ ਸਾਰੀ ਉਮਰ ਉਹਨੇ ਛਾਵੇਂ ਬਹਿ ਕੇ ਬਿਛਨੇ ਕਿਆ ਨਾਲ ਲੱਕੜਾਂ ਚਰਾਉਂਦਿਆਂ ਰੰਦਾਉਂਦਿਆਂ ਜਾਂ ਅਜਿਆ ਨਿੱਕਾ ਮੋਟਾ ਕੰਮ ਕਰਦਿਆਂ ਲੰਘਾਈ ਸੀ ਤੇ ਸਰੀਰ ਸੋਲ ਹੋ ਚੁੱਕਿਆ ਸੀ ਦਿਆਕਰ ਉਤੇ ਭਾਵੇਂ ਉਹ ਭਾਰ ਬਣਨਾ ਨਹੀਂ ਸੀ ਚਾਹੁੰਦਾ ਪਰ ਗਾਰੇ ਵਾਲੇ ਬੱਠਣਾ ਹੀਟ ਧੌਣ ਤੋੜਨ ਨਾਲ ਉਹ ਦਿਆਕਰ ਦੀ ਸਲਾਹ ਨੂੰ ਚੰਗੀ ਲੱਗੀ ਸੀ ਇਸ ਲਈ ਉਹ ਸੋਚੀ ਪਿਆਰ ਚੁੱਪ ਕਰ ਰਿਹਾ ਦਿਆਕਰ ਨੇ ਇੱਕ ਵਾਰੀ ਫੇਰ ਉਹਨੂੰ ਤਾੜ ਕੇ ਕਿਹਾ ਲੈ ਜੇ ਅੱਜ ਇੱਥੇ ਰਹਿਣਾ ਤਾਂ ਰਹਿ ਪੈ ਨਹੀਂ ਕੱਲ ਨੂੰ ਨਾ ਆਟੇ ਸੁਣਿਆ ਜੇ ਕੱਲ ਨੂੰ ਨਾ ਆਇਆ ਤਾਂ ਮੈਥੋਂ ਬੁਰਾ ਕੋਈ ਨਹੀਂ ਪੱਗ ਦਾ ਲੜ ਖੋਲ ਕੇ ਬੁੱਧੇ ਨੇ ਅੱਖਾਂ ਨੂੰ ਪੁੰਝਿਆ ਉੱਠ ਕੇ ਤੁਰਨ ਲੱਗਿਆ ਹੌਲੀ-ਦੈਣੇ ਬੋਲਿਆ ਅੱਜ ਦੀ ਦਿਹਾੜੀ ਤਾਂ ਲਾਉਂ ਫੇਰ ਕੱਲ ਨੂੰ ਦੇਖੀ ਜਾਉ ਹੈ ਫੇਰ ਉਹੀ ਨਿਆਣੇ ਵਾਲੀ ਗੱਲ ਦਿਆਕਰ ਨੇ ਉਹਨੂੰ ਫੇਰ ਘੁਰਿਆ ਦੇਖੀ ਜਾਉ ਦਾ ਮੈਨੂੰ ਕੋਈ ਨਹੀਂ ਪਤਾ ਜੇ ਕੱਲ ਨੂੰ ਨਾ ਆਇਆ ਤਾਂ ਮੈਂ ਜੁੰਡੇ ਪਟ ਦੂੰ ਸੁਣਿਆ ਬੁੱਧੇ ਦੇ ਹੋਠਾਂ ਉੱਤੇ ਮੁੱਲੋਂ ਮੱਲੀ ਮੁਸਕਾਨ ਖਿਲਰ ਗਈ ਤੇ ਜਦੋਂ ਚੰਗਾ ਕਹਿ ਕੇ ਉੱਤਰਨ ਲੱਗਿਆ ਤਾਂ ਦਿਆਕਰ ਪੀੜੀ ਤੋਂ ਉੱਠ ਕੇ ਹੁਕਮੀਆਂ ਲਹਿਜੇ 'ਚ ਬੋਲੀ ਪਹਿਲਾਂ ਬਹਿ ਜਾ ਹੱਥ ਧੋ ਕੇ ਰੋਟੀ ਖਾ ਫਿਰ ਕਿਧਰੇ ਜਾਈਂ ਨਹੀਂ ਰੋਟੀ ਤਾਂ ਮੈਂ ਖਾ ਕੇ ਆਇਆ ਸੀ ਦਿਆਕਰੇ ਦਿਆਕਰ ਨੂੰ ਪਤਾ ਸੀ ਬੱਧਾ ਝੂਠ ਬੋਲਦਾ ਸੀ ਉਹਨੇ ਕੋਠੜੀ ਅੰਦਰ ਜਾਂਦੇ ਉੱਚੀ ਸਾਰੀ ਆਖੇ ਬੰਦੇ ਦਾ ਪੁੱਤ ਬਣ ਕੇ ਬਹਿ ਜਾ ਨਹੀਂ ਮੈਥੋਂ ਹੋਰ ਚਾਰ ਸੁਣੇਗਾ ਬੁੱਧਾ ਮੁਰੂ ਸੇਥਾਂ ਬਹਿ ਗਿਆ ਦਿਆ ਕੋ ਨੇ ਚਾਰ ਤੇ ਗੰਡਾ ਰੱਖ ਕੇ ਤਿੰਨ ਰੋਟੀਆਂ ਲੈ ਆਂਦੀਆਂ ਤੇ ਬੁੱਧੇ ਦੇ ਹੱਥ ਤੋਂ ਆ ਕੇ ਫੜਾਤੀਆਂ ਉਹ ਜਿੱਨਾ ਚ ਰੋਟੀ ਖਾਂਦਾ ਰਿਹਾ ਦਿਆ ਕੋ ਤੋਂ ਨਿਆਣਿਆਂ ਨਿੱਕਿਆਂ ਮਹਾਲ ਪੁੱਛਦੀ ਰਹੀ ਉਹਨੇ ਘਰ ਦੀ ਹਾਲਤ ਸਣੇ ਭਗਤੇ ਕੋਣੋਂ ਹਟਣ ਤੋਂ ਹੋਣ ਤਾਈ ਸਾਰੀ ਵਿਥਿਆ ਵੀ ਦਸੀ ਆ ਕੀ ਆ ਦਿਆ ਕੋ ਰੋਟੀ ਖਾ ਕੇ ਤੁਰਨ ਲੱਗਿਆ ਬੁੱਧੇ ਨੇ ਬੂਟੂ ਬੂਟੇ ਦੇ ਕੋਲੋਂ ਵਾਲੇ ਛੱਪਰ ਵੱਲ ਝਾਕ ਕੇ ਹੈਰਾਨੀ ਨਾਲ ਪੁੱਛਿਆ ਅੰਦਰ ਵੱੜਦੇ ਆ ਉਹਨੇ ਇਹਦਾ ਕੋਈ ਧਿਆਨ ਨਹੀਂ ਸੀ ਕੀਤਾ ਮੰਦਾ ਤੇ ਜਨ ਤੇ ਮੰਜੇ ਤੇ ਖੂਬ ਸੱਤੇ ਹੋਏ ਸੀ ਬੂਟਾ ਬਲਦ ਲੈ ਕੇ ਬਾਹਰ ਪਿਪਲਾ ਹੇਟ ਜਿੱਥੇ ਮਾਲ ਮੇਲਾ ਲੱਗਦਾ ਸੀ ਉੱਥੇ ਗਿਆ ਹੋਇਆ ਸੀ ਇਹ ਆਪਾ ਠੇਲੇ ਠੋਲੇ ਵਰਗਿਆਂ ਕੰਜਰਾਂਾਸਤੇ ਲਵਾਇਆ ਇਹਦੇ ਵਿੱਚ ਪਾ ਕੇ ਪੀੜਿਆ ਕਰਾਂਗੇ ਨਾ ਉਹਨਾਂ ਨੂੰ ਆਹ ਵੇਖ ਜਿੱਦਾਂ ਇਹਦਾ ਜੁੱਤੀਆਂ ਨਾਲ ਸਿਰ ਗੰਜਾ ਹੋ ਗਿਆ ਉਦੋਂ ਇਹਦੀ ਸਣ ਬੱਚੇ ਕਹਾਣੀ ਪੇੜਨੀ ਹੈ ਦਿਆਗੁਰ ਨੇ ਜਦੋਂ ਡਰਨੇ ਹਾਲ ਸਹਿਨਤ ਕੀਤੀ ਤਾਂ ਬੁੱਧਾ ਹੋਰ ਹੈਰਾਨੀ ਨਾਲ ਉਧਰ ਚੱਕਿਆ ਉਹਨੂੰ ਗੱਲ ਦੀ ਸਮਝ ਨਹੀਂ ਸੀ ਪਈ ਪਰ ਕੋਲੂ ਡਰਨਾ ਤੇ ਠੋਲੇ ਦਾ ਜ਼ਿਕਰ ਉਹਨੂੰ ਇੰਜ ਲੱਗਿਆ ਜਿਵੇਂ ਇਹਨਾਂ ਗੱਲਾਂ ਬਾਰੇ ਪਹਿਲਾਂ ਉਹ ਕੁਝ ਨਾ ਕੁਝ ਜਾਣਦਾ ਸੀ ਪਰ ਬਾਕੀ ਸਭ ਫੇਰ ਕਦੇ ਪੁੱਛਣ ਦੇ ਖਿਆਲ ਨਾਲ ਹੱਸ ਕੇ ਉਹ ਕਹਿੰਦਾ ਤੁਰ ਗਿਆ ਚੰਗਾ ਫਿਰ ਤੌਣਾ ਤੱਤੀਆਂ ਕਰ ਕਰ ਮੈਂ ਪਾਉ ਅੰਗ 16ਵਾਂ ਦਿਆ ਕਰਦੇ ਵੇਲੇ ਦਿਨੋਂ ਦਿਨ ਰੌਣਕ ਵਾਧੀ ਵੇਖ ਕੇ ਕਰਤਾਰੀ ਨੂੰ ਸੱਤੀ ਕੱਪੜੀ ਅੱਗ ਲੱਗਣ ਲੱਗ ਪਈ ਸੀ ਉਸਾਰਾ ਦਿਨ ਗੁੰਡਣਾ ਕੋਲ ਆਪਣੇ ਬੁਰੇ ਦਿਨਾਂ ਦੇ ਰੋਣੇ ਰੋਂਦੀ ਦਿਆਕਰ ਨੂੰ ਭੰਡਦੀ ਰਹਿੰਦੀ ਦੁਪਹਿਰੇ ਉਹਦੇ ਖੁੱਲੇ ਦਰਵਾਜ਼ੇ 'ਚ ਵੇਲੀਆਂ ਬਣਿਆਣੀਆਂ ਆਪਣੇ ਢੀੜੇ ਘਰਾਂ ਦੀ ਗਰਮੀ ਤੋਂ ਘਬਰਾ ਕੇ ਮੇਲਾ ਲਾਉਂਦੀਆਂ ਉਹਦੀ ਹਾਂ ਸ਼ਾਮ ਲਾਉਂਦੀਆਂ ਦਿਆਕਰ ਤੇ ਬਿਸ਼ਨੇ ਨੂੰ ਮੰਦਾ ਬੋਲਦੀਆਂ ਚੂਹਲੀਆਂ ਕਰਦੀਆਂ ਸੁਣਦੀਆਂ ਰਹਿੰਦੀਆਂ ਸਾਰੀ ਗਲੀ 'ਚ ਸ਼ਾਂਤੀ ਵામਣੀ ਸੀ ਜੋ ਕਰਤਾਰੀ ਦੇ ਘਰ ਆਮ ਨਹੀਂ ਸੀ ਆਉਂਦੀ ਕਦੇ-ਕਦਾਈਂ ਵੀ ਉਹ ਇਸ ਡਰੋਂ ਆ ਜਾਂਦੀ ਵੀ ਕਰਤਾਰੀ ਨੂੰ ਕਿਦਰੇ ਸ਼ੱਕ ਪੱਕਾ ਨਾ ਹੋ ਜਾਏ ਵੀ ਉਹਦੇ ਨਾਲ ਉਹ ਦਿਆਗੁਰ ਦੇ ਸੇਲਪੁਣੇ ਕਰਕੇ ਖਾਰ ਖਾਂਦੀ ਸੀ ਕੋਈ ਨਹੀਂ ਵਿਰੋਧਣੀਏ ਕਦੇ ਸਾਡੇ ਵੇਲੇ ਵੀ ਆ ਜਾਣਗੇ ਕਰਤਾਰੀ ਨੇ ਇੱਕ ਦਿਨ ਜਿਵੇਂ ਸੰਤੀ ਨੂੰ ਮੱਲੋ ਮੱਲੀ ਛੇੜਨ ਲਈ ਆਖਿਆ ਸੰਤੀ ਗਲੀ ਚ ਤੁਰੀ ਜਾਂਦੀ ਜਾਂਦੀ ਮੋੜ ਆਈ ਤੇ ਕਰਤਾਰੀ ਦੇ ਕੋਲ ਬੈੰਦੇ ਆ ਖਤਰੀ ਅੱਖ ਉਹਦੇ ਵੱਲ ਝਾਕ ਕੇ ਬੁਲੀ ਲੈ ਭੈਣੀ ਵੇਲਿਆਂ ਨੂੰ ਹੁਣ ਕੀ ਹੋਇਆ ਲੈ ਅਸੀਂ ਤਾਂ ਜਜਮਾਨਾਂ ਦੇ ਹੱਥ ਬੱਧੇ ਗੁਲਾਮ ਤੈਨੂੰ ਐਵੇਂ ਭਰਮ ਪੈ ਗਿਆ ਮੈਨੂੰ ਭਰਮ ਪਿਆ ਦੱਸਦੀ ਐ ਕਰਤਾਰੀ ਨੇ ਵਿਅੰਗ ਨਾਲ ਕਿਹਾ ਸਾਰਾ ਦਿਨ ਪਤੰਦਰ ਨੀ ਦੇ ਗੋਡੇ ਮੁੱਢ ਬਹਿ ਕੇ ਝੂਠੀਆਂ ਸੱਚੀਆਂ ਤਾਂ ਤੂੰ ਜੋੜੇ ਝੂਠੀਆਂ ਸੱਚੀਆਂ ਤਾਂ ਤੂੰ ਜੋੜੇ ਤੇ ਮੈਨੂੰ ਭਰਮ ਪਿਆ ਮਸਤੀ ਬਾਂਹਣੀ ਗੱਲ ਵੇਖੀ ਕਰਦੀ ਹੈ ਨਾ ਨਹੀਂ ਪਹਿਨੇ ਆਪਣੀ ਨਿੰਮਕੀ ਤੇ ਤਰਲੇ ਭਰੀ ਆਵਾਜ਼ ਚ ਕੰਨ ਦੇ ਵਾਲੇ ਨੂੰ ਹੱਥ ਲਾਉਂਦੇ ਆ ਫਿਰ ਦੋਵੇਂ ਹੱਥਾਂ ਹੱਥ ਜੋੜਦੇ ਆ ਸ਼ਾਂਤੀ ਬੁਲੀ ਆਪਾਂ ਨੂੰ ਵਰਮੇ ਪੂਰਨ ਦੋਹਾਂ ਦੀ ਸੋ ਜੇ ਤੇਰੀ ਕਿਸੇ ਗੱਲ ਦਾ ਮੁਸ਼ਕ ਵੀ ਉੱਥੇ ਤਾਂ ਹੀ ਆਪੜਨ ਦੁੱਤਾ ਹੋਵੇ ਨਾਲੇ ਉਤਾ ਆਂ ਬੀ ਵਿਚਾਰੀ ਤੈਨੂੰ ਪਤਾ ਕੀ ਹਾਲ ਹੋਇਆ ਪਿਆ ਉਹਦਾ ਕੀ ਹਾਲ ਨਹੀਂ ਹੋਇਆ ਪਿਆ ਉਹਨੇ ਕੀ ਕਿਸੇ ਦੀ ਸੁਣਨੀ ਹੈ ਕੀ ਕਰਨੀ ਹੈ ਤੇ ਸੰਤੀ ਨੇ ਮੱਥੇ ਨੂੰ ਹੱਥ ਲਾ ਕੇ ਅਫਸੋਸ ਜਿਹੇ ਨਾਲ ਨੀਵੀਂ ਪਾ ਕੇ ਜਦੋਂ ਸਿਰ ਹਿਲਾਇਆ ਕਰਤਾਰੀ ਦੇ ਅੰਦਰ ਉਹਦੀ ਉਹਦੀ ਦਇਆ ਕੁਰਨ ਵਾਲੀ ਹੰਦਰ ਦੀ ਆਰ ਵਾਂਗ ਖੁੱਭ ਗਈ ਕੀ ਹਾਲ ਹੋਇਆ ਪਿਆ ਨਹੀਂ ਉਹਦਾ ਕਰਤਾਰੀ ਵਿਅੰਗ ਤੇ ਕ੍ਰੋਧ ਭਰੇ ਬੋਲ ਚ ਬੋਲੀ ਉਹ ਤਾਂ ਝੋਟੇ ਵਾਂਗੂ ਹੰਕਾਰੀ ਅੱਧੀ ਰਾਤ ਤਾਈਂ ਲੋਕਾਂ ਦੇ ਪੁੱਤ ਪਿੱਟਦੀ ਰਹਿੰਦੀ ਐ ਵੇੜੇ ਚੋਦੀ ਭਾਂਤ ਭਾਂਦੇ ਲੋਕ ਵਸਦੇ ਐ ਸੁੱਖ ਨਾਲ ਰੌਣਕਾਂ ਲੱਗੀਆਂ ਰਹਿੰਦੀਆਂ ਜੇ ਨਹੀਂ ਛੱਡਿਆ ਤਾਂ ਸਾਡਾ ਕੱਖ ਨਹੀਂ ਛੱਡਿਆ ਉਹਦੇ ਪੱਲਿਓਂ ਕੀ ਨੂਨ ਢਿਲ ਗਿਆ ਨੂਨ ਲਿਆਉਣੇ ਨੀਤੀ ਤੋੜਨੀ ਨਹੀਂ ਕਿਹੜਾ ਪਾਸਾ ਨਿਮਿਆ ਨਹੀਂ ਉਹਦਾ ਨਾ ਨਹੀਂ ਭੈਣੇ ਸੰਤੀ ਨੇ ਉਹਦਾ ਉਸੇ ਉਦਾਸ ਬੋਲ ਚ ਆਖਿਆ ਉਹ ਪਾਪਨ ਬੜੀ ਦੁਖੀ ਐ ਐ ਨਾ ਪਰ ਉਦੋਂ ਪਿੱਛੋਂ ਸੰਤੀ ਨੂੰ ਜਪਿਆ ਕਰਤਾਰੀ ਕੋਲ ਦਇਆ ਗੁਰਬਾਰੇ ਹੋਰ ਕੁਝ ਵੀ ਕਹਿਣ ਸੁਣਨ ਦਾ ਕੋਈ ਲਾਭ ਨਹੀਂ ਸੀ ਇਸ ਕਰਕੇ ਉਹ ਬਿੰਦ ਹੋ ਰ ਇੱਧਰ ਉੱਧਰ ਦੀਆਂ ਮਾਰ ਕੇ ਘਰੋਂ ਤੁਰ ਗਈ ਪਰ ਕਰਤਾਰੀ ਦਾ ਚਿੱਤ ਅਜੇ ਹੌਲਾ ਨਹੀਂ ਸੀ ਹੋਇਆ ਕਰਤਾਰੀ ਦਾ ਭਰਾ ਤੇ ਜਾਂ ਚੰਗਾ ਕਾਰੀਗਰ ਨਹੀਂ ਸੀ ਸ਼ੁਕਲੋਂ ਵੀ ਉਹ ਮਸਟੰਡਾ ਜਿਹਾ ਲੱਗਦਾ ਸੀ ਕੰਨ ਉਤੇ ਚਾਰ ਕੁੰਗਲਾਂ ਦਾ ਟੋਰਾ ਛੱਡ ਕੇ ਟਿੱਡੀ ਝੰਝ ਵਾਲੀ ਪੱਗ ਬੰਨਦਾ ਤੇ ਵੇੜੇ ਵਾਲੇ ਛੱਪਰ ਦੀ ਥਾਂ ਬਾਹਰ ਗਲੀ 'ਚ ਬੈਠ ਕੇ ਕੰਮ ਕਰਦਾ ਸੀ ਆਉਨੀਆਂ ਜਾਂਦੀਆਂ ਕੁੜੀਆਂ ਬਹੂਆਂ ਆਪਣੀ ਵੱਜੂ ਵੱਡੀ ਖੱਬੀ ਅੱਖ ਮੀਟ ਕੇ ਵਿੰਗਾ ਟੇਡਾ ਚਾਕਦਾ ਰਹਿੰਦਾਆਂ ਆਣ ਗਵਾਂਦੀਆਂ ਧੀਵੀਆਂ ਤੇ ਹਟਵਾਣੀਆਂ ਇਹਨੂੰ ਘੂਰ ਘੂਰ ਵਹਿੰਦੇ ਪਰ ਭਗਤੇ ਦੇ ਮੂੰਹ ਮਲਾਜੇ ਕਰਕੇ ਕੁਝ ਕਹਿਣੋਂ ਝਿਜਕਦੇ ਰਹੇ ਤੇ ਜੋ ਨੇ ਭਗਤੇ ਦਾ ਨਾਮ ਲੈ ਕੇ ਗੋਗਲ ਚੌਧਰੀ ਕੋਲੋਂ 100 ਰੁਪਏ ਲੱਕੜ ਲਿਆਉਣ ਦੇ ਬਹਾਨੇ ਫੜ ਲਿਆਂਦਾ ਸੀ ਉਹਦੇ ਵਿੱਚੋਂ ਅੱਧੇ ਕੁ ਪੈਸਿਆਂ ਦੀ ਲੱਕੜ ਲਿਆ ਕੇ ਉਹਦਾ ਨਿੱਕਾ ਮੋਟਾ ਸਾਮਾਨ ਬਣਾਇਆ ਤੇ ਵੇਚ-ਵਟ ਕੇ ਖਾ ਛੜਿਆ। ਬਾਕੀ ਅੱਧਿਆਂ ਦੀ ਦਾਰੂ ਪੀ ਗਿਆ। ਪਰ ਕਰਤਾਰੋ ਕਰਤਾਰੀ ਨੂੰ ਇਸ ਤਰ੍ਹਾਂ ਹਿਰਾਫੇਰੀ ਦਾ ਪੂਰਾ ਤਰ੍ਹਾਂ ਪਤਾ ਨਹੀਂ ਸੀ ਲੱਗਣ ਦਿੱਤਾ। ਫਿਰ ਵੀ ਉਹਦੀਆਂ ਕਰਤੂਤਾਂ ਦਾ ਕੁਝ-ਕੁਝ ਪਤਾ ਲੱਗਦਾ ਰਹਿੰਦਾ ਸੀ। ਪਰ ਉਹ ਦੜ ਵੱਟ ਛੱਡਦੀ। ਤਦੇ ਕਦੇ ਉਹਨੂੰ ਸਮਝਾਉਂਦੀ ਵੀ ਪਰ ਤਾੜ ਕੇ ਕੁਝ ਨਾ ਕਹਿੰਦੀ। ਅਜੀਬ ਬਿਸ਼ਨੇ ਤੇ ਭਗਤੇ ਨੂੰ ਕੈਦ ਹੋਇਆ ਮਹੀਨਾ ਖੋਇਆ ਸੀ ਤੇ ਜੱਜ ਜੇਲ੍ਹ ਚ ਕੁਰੀ ਭਗਤੇ ਨਾਲ ਮੁਲਾਕਾਤ ਕਰਨ ਗਿਆ ਨਾ ਕੁਝ ਭਗਤੇ ਲਈ ਲੈ ਕੇ ਗਿਆ ਨਾ ਬਿਸ਼ਨੇ ਲਈ ਹੁਣ ਜੀ ਢੇੜਾ ਮਾਰ ਢੇੜਾ ਕੱਢ ਕੇ ਮੋੜਾਇਆ ਪਰ ਕਰਤਾਰੀ ਨੇ ਫੇਰ ਵੀ ਗੱਲ ਨਾ ਗੋਲੀ ਕੋਚਰ ਪਿੱਛੋਂ ਕੰਮ ਮੰਦਾ ਤੇ ਖਰਚ ਵਧੇਰੇ ਹੋਣ ਕਰਕੇ ਕਰਤਾਰੀ ਨੂੰ ਫਿਕਰ ਹੋਣ ਲੱਗ ਪਿਆ ਉਹਨੇ ਤੇਜੇ ਨੂੰ ਇੱਕ ਰਾਤ ਖਾਸਾ ਛਿੜ ਗਿਆ ਉਦੋਂ ਤੀਜੇ ਦਿਨ ਉਹ ਚੁੱਪਚਾਪਤਾ ਪਤਾ ਨਹੀਂ ਕਿੱਧਰੇ ਚਲਾ ਗਿਆ ਇਸ ਗੱਲ ਦੀ ਵੀ ਕਰਤਾਰੀ ਨੇ ਵਾਹ ਨਾ ਨਿਕਲਣ ਦਿੱਤੀ ਕਿ ਉਹ ਚੋਰੀਆਂ ਘਰ ਪਏ 50-60 ਰੁਪਏ ਵੀ ਲੈ ਗਿਆ ਸੀ ਤੇ ਜਾਂਦਾ ਜਾਂਦਾ ਭਗਤੇ ਵਾਲਾ ਸਾਈਕਲ ਆਪਣੇ ਇੱਕ ਅਲੱਥ ਬੇਲੀ ਸੁਨਿਆਰਾਂ ਦੇ ਮੁੰਡੇ ਕੋਰੇ ਕੋਲ 2000 ਰੁਪਏਾਂ 'ਚ ਗਹਿਣੇ ਧਰ ਗਿਆ ਸੀ ਅੰਦਰ ਖਾਨੇ ਹੀ ਤੇ ਕਿ ਸੁਨਿਆ ਆ ਵੇਚ ਕੇ ਕਰਤਾਰੀ ਨੇ ਪਤਾ ਮੰਗਾਇਆ ਪਰ ਉਹ ਪਿੰਡ ਵੀ ਨਹੀਂ ਸੀ ਗਿਆ ਕੁਝ ਤਨ ਮਗਰੋਂ ਕਰਤਾਰੀ ਦਾ ਵੱਡਾ ਭਰਾ ਪਤਾ ਲੈਣ ਆਇਆ ਕਰਤਾਰੀ ਉਸ ਕੋਲ ਮਨ ਮਨ ਰੋਈ ਉਹ ਬੜਾ ਸਾਊ ਤੇ ਗਰੀਬਾਣਾ ਬੰਦਾ ਸੀ ਉਦਾਸ ਹੋ ਕੇ ਬੋਲਿਆ ਭਾਈ ਉਹ ਤਾਂ ਕੰਜਰ ਕਰਨ ਵਾਲਾ ਕਰ ਗਿਆ ਸਾਥੋਂ ਜੋ ਸਰੂ ਬਣੂ ਅਸੀਂ ਕਰਾਂਗੇ ਫਿਕਰ ਨਾ ਕਰੇ ਪਰ ਉਹਨੇ ਵੀ ਕੀ ਕਰ ਦੇਣਾ ਸੀ ਪਿੰਡ ਸੇਪੀ ਕਰਕੇ ਆਪਣਾ ਗੁਜ਼ਾਰਾ ਮਸਾ ਚਲਾਉਂਦੇ ਸੀ ਜਾਣ ਲੱਗਿਆ ਉਹ ਕਰਤਾਰੀ ਨੂੰ 5 ਰੁਪਏ ਦੇ ਗਿਆ ਤੇ ਕੁਝ ਦਿਨਾਂ ਤਾਂ ਹੀ ਫੇਰ ਆਉਣ ਦਾ ਇਕਰਾਰ ਕਰਕੇ ਚਲਾ ਗਿਆ ਮਹੀਨਾ ਲੰਘ ਗਿਆ ਮੜ ਕੋਈ ਨਾ ਬੋੜਿਆ ਹੋਰ ਕੁਝ ਦਿਨਾਂ ਮਗਰੋਂ ਕਰਤਾਰੀ ਨੂੰ ਸੱਚੀ ਫਿਕਰ ਪੈ ਗਿਆ ਸਾਰਾ ਦਿਨ ਜਿਸ ਕੋਰ ਬੈਂਦੀ ਰੋ ਰੋਕਣਾ ਪਉਂਦੀ ਆਪਣੀ ਦੁੱਖ ਰੁੰਦੀ ਰਹਿੰਦੀ ਉਹ ਬਣਿਆਣੀਆਂ ਜੋ ਸਾਰਾ ਦਿਨ ਉਹਦੀ ਖੁੱਲੇ ਦਰਵਾਜ਼ੇ ਚ ਕੜਮਾ ਸਪਾਈ ਰੱਖਦੀਆਂ ਸੀ ਹੁਣ ਅਥਾ ਰੋਗਣ ਅੱਗ ਗੋਹੇ ਨੂੰ ਵੀ ਆਉਣਾ हट ਗਈਆਂ ਕਰਤਾਰੀ ਅੱਖੀ ਇਕਾਈ ਸਾਰਾ ਦਿਨ ਨਿਆਣਿਆਂ ਨੂੰ ਵੱਡੂ ਖਾਉਂ ਘਰ ਦੀ ਕੁੱਟਦੀ ਮਾਰਦੀ ਰਹਿੰਦੀ ਕਾਲੇ ਤੇ ਮਾਗੀ ਨੂੰ ਉਹ ਦਿਆਕਰ ਦੇ ਪਰਛਾਵੇਂ ਹੇਠ ਨਹੀਂ ਸੀ ਲੰਘਣ ਦਿੰਦੀ ਜੇ ਉਹ ਅੱਖ ਬਚਾ ਕੇ ਹਾਤੇਵਾਲ ਚਲੇ ਜਾਂਦੇ ਤਾਂ ਜਾਨ ਬੁੱਝ ਕੇ ਹੀ ਉਹਨਾਂ ਨੂੰ ਇਹ ਨਾ ਪੁੱਛਦੀ ਵੀ ਕਿੱਥੋਂ ਆਏ ਕਣ ਕਲੂਣ ਮਿਰਚ ਦਾਲ ਤੇ ਹੋਰ ਸਿੱਧਾ ਪੱਤਾ ਉਧਾਰ ਮੰਗਾ ਲੈਂਦੇ ਇੱਕ ਦੋ ਹਟਵਾਣੀਆਂ ਭਗਤੇ ਦੇ ਮੂੰਹ ਨੂੰ ਨਾ ਨਹੀਂ ਸੀ ਕਰਦੇ ਪਰ ਚਾਹ ਲਈ ਦੁੱਧ ਬਾਅਦ ਵੱਲੋਂ ਤੰਗ ਹੁੰਦੀ ਰਹਿੰਦੀ ਭਾਵੇਂ ਅਜੇ ਵੀ ਉਹਨੂੰ ਐਡਾ ਫਿਕਰ ਨਹੀਂ ਸੀ ਵੀ ਉਹਦੇ ਨਿਆਣੇ ਭੁੱਖੇ ਰਹਿਣਗੇ ਫਿਰ ਵੀ ਖੁੱਲੇ ਦਿਨਾਂ ਨੂੰ ਯਾਦ ਕਰ ਕਰੀ ਝੂੜਦੀ ਰਹਿੰਦੀ ਹੁਣ ਮੜ ਉਹਨੂੰ ਉਹਨਾਂ ਵੇਲੇਆਂ ਦਾ ਖਿਆਲ ਆਈ ਜਾਂਦਾ ਜਦੋਂ ਘਰ ਦੇ ਦੋ ਦੋ ਸੱਜਰ ਪਹਿਲਣਾ ਖੜੀਆਂ ਰਹਿੰਦੀਆਂ ਤੇ ਦੁੱਧ ਖਿਓ ਕੁੱਤੇ ਨਹੀਂ ਸੀ ਕਕੂਲ ਦੇ ਕੁਛ ਦਿਨਾ ਮਗਰੋਂ ਇੱਕ ਦਿਨ ਆਪੇ ਹੀ ਬੁੱਧਾ ਆਇਆ ਤੇ ਮਨਪੱਕੀ ਕਣਕ ਕਰਤਾਰੀ ਦੇ ਦਰਵਾਜ਼ੇ 'ਚ ਸੁੱਟ ਕੇ ਇਹ ਕਹਿੰਨੇ ਆ ਮੁਰ ਗਿਆ ਇਹ ਦਿਆਕਰ ਨੇ ਭੇਜੀ ਆ ਪਰ ਕਰਤਾਰੀ ਦਾ ਮੂੰਹ ਟੁੱਟ ਜਾਏ ਜੇ ਉਹਨੇ ਇੱਕ ਸ਼ਬਦ ਵੀ ਬੋਲਿਆ ਹੋਵੇ ਕਣਕ ਚੁੱਕ ਕੇ ਮਗਰਲੀ ਕੋਠੜੀ 'ਚ ਪਏ ਲੋਹੇ ਦੇ ਢੋਲ 'ਚ ਉਹਨੇ ਉਹ ਲੈ ਜਾ ਕੇ ਛੁੱਟੀ ਜਿਵੇਂ ਬੁੱਧਾ ਕਿਧਰੇ ਫੇਰ ਨਾ ਲੈ ਜਾਏ ਬੁੱਧੇ ਨੇ ਕਣਕ ਸੁੱਟ ਕੇ ਆਉਂਦਿਆਂ ਦਿਆਕਰ ਨੂੰ ਸੁੱਤੇ ਹੀ ਆਖਿਆ ਦਿਆਕਰੇ ਤੂੰ ਉਹਨਾਂ ਦਾ ਐਡਾ ਮੋਹ ਕਰਦੀ ਐ ਉਹ ਆਪਾਂ ਨੂੰ ਸਾਰਾ ਦਿਨ ਭੁਣਦੀ ਰਹਿੰਦੀ ਐ ਵਸਟਾ ਡਿਆਕੁਰ ਨੇ ਉਹਨੂੰ ਝਿੜਕੇ ਕਿਹਾ ਉਹਨੇ ਆਪਦਾ ਕੀਤਾ ਪਾਣਾ ਆਪਾ ਆਪਦਾ ਨਾਲੇ ਨਿਆਣਿਆਂ ਨਾਲ ਕਾਹਦਾ ਸਰੀਕਾ ਹੁੰਦਾ ਕਾਲਾ ਤੇ ਮਾਗੀ ਹੁਣ ਆਥਣੇ ਨੇਰੇ ਹੋਏ ਖੇਡਦੇ ਖੇਡਦੇ ਰੋਜ਼ ਦਿਆਕੁਰ ਕੋਲ ਆ ਜਾਂਦੇ ਉਹਨੇ ਬੁੱਧੇ ਤੋਂ ਦੋ ਸੇਰ ਸ਼ੱਕਰ ਤੇ ਪਿੰਡੋਂ ਸੇਰਕ ਕਿਉਂ ਮੰਗਾ ਛੱਡਿਆ ਸੀ ਤੇ ਜਦੋਂ ਉਹ ਆਉਂਦੇ ਦੋਹਾਂ ਨੂੰ ਸ਼ੱਕਰ ਘਿਓ ਰਲਾ ਕੇ ਰੋਟੀਆਂ ਉੱਤੇ ਧਰ ਦਿੰਦੀ ਉਹ ਜਦੋਂ ਵੱਡੀਆਂ ਵੱਡੀਆਂ ਬੁਰਕੀਆਂ ਪਾ ਪਾ ਬੇਸਬਰਿਆਂ ਵਾਂਗ ਰੋਟੀ ਖਾ ਰਹੇ ਹੁੰਦੇ ਤਾਂ ਦਿਆਕੁਰ ਦਾ ਅੰਦਰ ਉਛਲ ਆਉਂਦਾ ਕਈ ਵਾਰੀ ਉਹਨੂੰ ਜ਼ਰੂਰ ਉਹ ਵੇਲਾ ਯਾਦ ਆਉਂਦਾ ਜਦੋਂ ਉਹਦੀ ਕੋਠੜੀ 'ਚ ਰਿੜਕਣੇ ਘੋ ਦੇ ਭਰੇ ਹੁੰਦੇ ਸੀ ਤੇ ਭਗਤਾ ਕੱਚਾ ਲਿਓੜ ਪੁੱਟ ਕੇ ਅੱਧਾ ਖਾਂਦਾ ਅੱਧਾ ਖਰਾਬ ਕਰਦਾ ਹੁੰਦਾ ਸੀ ਹਰ ਸਿਆਲ ਖੋਏ ਦਾ ਪੀਪਾ ਭਰ ਕੇ ਉਹਦੇ ਲਈ ਰੱਖਦੀ ਪਰ ਉਹ ਆਪ ਖਾਣ ਦੀ ਤਾਂ ਬਾਹਰ ਲਜਾਲ ਜਾ ਯਾਰ ਬੇਲੀਆਂ ਨੂੰ ਵੰਡਉਂਦਾ ਤੇ ਜਦੋਂ ਕਾਲਾ ਜੀ ਨਿਆਣਾ ਸੀ ਉਦੋਂ ਤਾਂ ਇਹ ਵੀ ਦਿਆਗੁਰ ਦੇ ਘਰ ਹਮੇਸ਼ਾ ਲਵੇਰਾ ਰਿਹਾ ਸੀ ਉਹਨੇ ਭਗਤੇ ਵਾਂਗੀ ਕਾਲ ਨੂੰ ਵੀ ਮਾਜਦਾ ਇੱਕ ਥਣ ਛੱਡ ਛੱਡ ਕੇ ਰਜਾਇਆ ਹੋਇਆ ਸੀ ਪਰ ਜਦੋਂ ਦਾ ਕਰਤਾਰੀ ਨੇ ਅੱਡ ਹੋਣ ਦਾ ਕਲਾ ਕਲੇਸ਼ ਪਾਇਆ ਸੀ ਉਹਨਾਂ ਦੇ ਘਰ ਠੂਠੇ ਮੁੱਧੇ ਵੱਜ ਗਏ ਸੀ ਮੁਰ ਭਾਡੀ ਬਰਕਤ ਨਹੀਂ ਸੀ ਪਈ ਉਹ ਇੱਕ ਕਮਲਿਆ ਮਨਾ ਕਿਹੜੇ ਵਹਿਣੀ ਪੈ ਗਿਆ ਦਿਆਗੁਰ ਰਜਈਆਂ ਢਾਉ ਸੋਚਾਂ ਛੇਤੀ ਦੇਣੀ ਆਪਣੇ ਮਨ ਚੋਂ ਕੱਢਣ ਲਈ ਉੱਚੀ ਸਾਰੀ ਆਖਦੀ ਤੇ ਕਾਲੇ ਹੋਰਾਂ ਨਾਲ ਗੱਲਾਂ ਕਰਨ ਲੱਗ ਪੈਂਦੀ ਹੋਰ ਨਿਆਵਾ ਪੁੱਤ ਜਦੋਂ ਸਾਰੀ ਸ਼ੱਕਰ ਖਾ ਲੰਦੇ ਦਿਆਗੁਰ ਕੁਛ ਦੇ ਬੱਚ ਹੌਲ ਵਰਗਾ ਕੋਨਾ ਸਿਰ ਹਿਲਾਉਂਦੀਆਂ ਪਹਿਲਾਂ ਮਾਗੀ ਬੋਲਦਾ ਮੇਲਾ ਤਾਂ ਤਾਈ ਢਿਪੋਤ ਗਿਆ ਤੇ ਜਦੋਂ ਵਖੀਆਂ ਤੋ ਉਧੜੇ ਅੱਛਾ ਘਟ ਡੋਤਾ ਚੱਕ ਕੇ ਹੱਥ ਨਾਲ ਤਪਲੇ ਵਾਂਗ ਢਿੱਡ ਖੜਕਾਉਂਦਾ ਦਿਆਗੁਰ ਦੀ ਹਾਸੀ ਨਿਕਲ ਜਾਂਦੀ ਉਹ ਕਿੰਨਾ ਕਿੰਨਾ ਚਿਰ ਹੱਸਦੀ ਰਹਿੰਦੀ ਫਿਰ ਦੋਏ ਨੂੰ ਬਾਤਾਂ ਸੁਣਾਉਂ ਉਹ ਤੋਂ ਬਾਤਾਂ ਸੁਣਦੇ ਉਹਨਾਂ ਨੂੰ ਆਪਣੇ ਸੱਜੇ ਖੱਬੇ ਵਖੀਆਂ ਨਾਲ ਲਾ ਕੇ ਪਾ ਲੈਂਦੀ ਆਪਣੀ ਹਿੱਕ ਤੇ ਰੱਖੇ ਉਹਨਾਂ ਦੇ ਨਿੱਕੇ ਨਿੱਕੇ ਹੱਥਾਂ ਨੂੰ ਪਲੋਸਦੀ ਬਾਤਾਂ ਸੁਣਾਉਂਦੀ ਰਹਿੰਦੀ ਉਹਨਾਂ ਦੇ ਨਿੱਗੇ ਸਾਉ ਉਹਦੇ ਆਂ ਅੱਖੀਆਂ ਮੁੰਡਿਆਂ ਡੋਲਿਆਂ ਨੂੰ ਛੋਂਦੇ ਰਹਿੰਦੇ ਉਹਨੂੰ ਜਾਪਦਾ ਉਹ ਇਸ ਧਰਤੀ ਤੇ ਨਹੀਂ ਕਿਸੇ ਪੁਰੀ ਵਿੱਚ ਵਸਦੀ ਸੀ ਹੁਣ ਪੁੱਤੋ ਤੁਸੀਂ ਜਾਓ ਥੋਡੀ ਮਾਂ ਮਾਰੂਗੀ ਤੇ ਜਦੋਂ ਦਿਆ ਕੁਰੇ ਸ਼ਬਦ ਬੋਲਦੀ ਤਾਂ ਉਹਦੇ ਅੰਦਰ ਗਲੋਟਿਆਂ ਕਾਸੇ ਦਾ ਘੂਰ ਨਿਕਲ ਜਾਂਦਾ ਦੋਵੇਂ ਮੁੰਡੇ ਮਲਕੜੇ ਉੱਠ ਕੇ ਬਤਕਾਂ ਵਾਂਗ ਹੌਲੀ ਵਾਲੀ ਤੁਰ ਪੈਂਦੇ ਨਾ ਕੋਈ ਰਿਹਾਰ ਕਰਦੇ ਨਾ ਬੋਲਦੇ ਉਹਨਾਂ ਨੂੰ ਇੰਜ ਤੁਰਿਆ ਜਾਂਦੇ ਉਹ ਵੇਖਦੀ ਰਹਿੰਦੀ ਪਿੱਛੋਂ ਉਹਦਾ ਸਰੀਰ ਘੁੰਮ ਸੁਮਜਿਆ ਹੋ ਜਾਂਦਾ ਪਹਿਲਾਂ ਪਈ ਪਈ ਤਾਰਿਆਂ ਵੱਲ ਝਾਕਦੀ ਫਿਰ ਆਸੇ ਪਾਸੇ ਵੇੜੇ ਚ ਨਿਗਾਹ ਮਾਰਦੀ ਤੇ ਪਿੱਛੋਂ ਡਰਨੇ ਵੱਲ ਤਾੜਦਿਆਂ ਉੱਠ ਕੇ ਬਹਿ ਜਾਂਦੀ ਤੇ ਖੇਡਣ ਲੱਗ ਪੈਂਦੀ। ਦਿਆਕੁਰਦੀ ਰੋਹ ਵੀ ਦੀ ਖੇਡ ਕਰਕੇ ਬੂਟਾ ਤੇ ਉਹਦੇ ਨਿਆਣੇ ਬਾਹਰ ਗਲੀ ਚ ਪੈਣ ਲੱਗ ਪਏ। ਅੰਦਰ ਪਿਆਨ ਉਹਦੀਆਂ ਚੰਗ ਰਾਂਖ ਨਹੀਂ ਸੀ ਲੱਗਣ ਦਿੰਦੀਆਂ। ਬੂਟਾ ਕਈ ਵਾਰੀ ਵੱਡੀ ਵੱਡੀ ਰਾਤਾਂ ਤਾਈਂ ਜਾਗਦਾ ਫਿਰ ਸੋਚਦਾ ਰਹਿੰਦਾ ਵੀ ਦਿਆਕੁਰਦੀ ਇਸ ਬਿਮਾਰੀ ਦਾ ਇਲਾਜ ਕਿਵੇਂ ਹੋ ਸਕਦਾ ਹੈ। ਉਹਨੇ ਕਈ ਵਾਰੀ ਡਾਕਟਰ ਸੀਤਾਰਾਮ ਨਾਲ ਗੱਲ ਕੀਤੀ ਪਰ ਡਾਕਟਰ ਨੇ ਪੱਕਾ ਇਲਾਜ ਨਹੀਂ ਸੀ ਦੱਸਿਆ। ਫਿਰ ਆਪ ਇਹ ਸੋਚਦਾ ਆਪਾਂ ਨੂੰ ਕਿ ਪਰ ਇਹ ਗੱਲ ਉਹਨੂੰ ਪਹਿਲਾਂ ਵਾਲੀ ਨਾਲੋਂ ਵਧੇਰੇ ਤੰਗ ਕਰਦੀ ਹੈ ਦੁਚਿੱਤੀ ਚ ਪਿਆ ਕਦੇ ਮੁਰ ਡਾਕਟਰ ਕੋਲ ਜਾਂਦਾ ਕਦੇ ਦਿਆਕਰ ਨੂੰ ਵੱਲ ਫੇਰ ਨਾਲ ਸਿਆਣੀਆਂ ਗੱਲਾਂ ਸਮਝਾਉਣ ਦਾ ਯਤਨ ਕਰਦਾ ਸਧਾਰਨ ਤੌਰ ਬੂਟੇ ਦੀਆਂ ਗੱਲਾਂ ਦਾ ਕੋਈ ਖਿਆਲ ਨਾ ਕਰਦੀ ਹਾਂ ਹਾਂ ਕਰ ਛੱਡਦੀ ਪਰ ਜਦ ਕਿਤੇ ਉਹ ਇਹ ਕਹਿ ਬੰਦਾ ਕਿ ਚਲ ਤੈਨੂੰ ਡਾਕਟਰ ਨੂੰ ਵਿਖਾ ਲਿਆਵਾਂ ਤਾਂ ਟੁੱਟ ਕੇ ਉਹਦੇ ਗਲ ਪੈ ਜਾਂਦੀ ਬੂਟੇ ਨੇ ਇੱਕ ਦਿਨ ਬੁੱਧੇ ਨੂੰ ਚੋਰੀਆਂ ਆਖਿਆ ਬੁੱਧਿਆ ਦਿਆਲਕੁਰ ਨੂੰ ਪੇਕੇ ਜਾਣ ਨੂੰ ਮਨਾ ਲਏ ਤਾਂ ਇਹ ਖਬਰ ਠੀਕ ਹੀ ਖਬਰੇ ਠੀਕ ਹੀ ਹੋ ਜੇ ਬੁੱਧਾ ਹੱਸ ਪਿਆ ਭੋਲਿਆ ਬੰਦਿਆ ਇਹਦੇ ਪੇਕੇ ਕਿਹੜੇ ਆ 10 ਵਰੀ ਹੋ ਗਏ ਇਹਦੀ ਤਾਂ ਪੇਕੇਆਂ ਨਾਲ ਬੋਲ ਬਾਣੀ ਵੀ ਨਹੀਂ ਰਹੀ ਕਿ ਰਾਏ ਤਾਂ ਭਰਾ ਉਚਾਨੀਵਾ ਬੋਲ ਪਿਆ ਸੀ ਉਦੋਂ ਮੂੜ ਨਾ ਹੀ ਪੇਕੇ ਗਈ ਹੈ ਨਾ ਉਹਨਾਂ ਨੂੰ ਘਰੇ ਵੜਨ ਦਿੱਤਾ ਭਤੀਜੇ ਹੋ ਗਏ ਉਹ ਤੀਜੇ ਥਾਂ ਹੋਏ ਅੱਜ ਕੱਲ ਤੈਨੂੰ ਪਤਾ ਹੈ ਕੌਣ ਸੇ ਆਣਦਾ ਇੱਕ ਵਾਰੀ ਤਾਂ ਬੂਟੇ ਨੂੰ ਸੁਣ ਕੇ ਕੁਝ ਹੈਰਾਨੀ ਹੋਈ ਪਰ ਦਿਆਲਕੁਰ ਤੇ ਬਿਸ਼ਨੇ ਦੇ ਸੁਭਾ ਆਬਾਰੇ ਸੋਚ ਕੇ ਗੱਲ ਮਮੂਲੀ ਜਾਪੀ ਤੇ ਚੁੱਪ ਕਰ ਗਿਆ ਉਸ ਦਿਨ ਪਿਛੋਂ ਬੂਟੇ ਨੇ ਜਿਵੇਂ ਪੂਰੀ ਤਰ੍ਹਾਂ ਹਥਿਆਰ ਸੁੱਟ ਦਿੱਤੇ ਤੇ ਦਿਆਕਰ ਨੂੰ ਖੇਡਣ ਬਾਰੇ ਮੁੜ ਕਦੇ ਕੁਝ ਨਾ ਆਕਿਆ ਇੱਕ ਦਿਨ ਦਿਆਕਰ ਬੁੱਧੇ ਦੇ ਮੂਹਰੇ ਆ ਬੈਠੀ ਉਹਨੂੰ ਕੰਮ ਕਰਦੇ ਨੂੰ ਵੇਖਣ ਲੱਗ ਪਈ ਬੁੱਧੇ ਦੇ ਹੱਥ ਚੋਂ ਤੇ ਸਾਥ ਛੜਕ ਛੜਕ ਜਾਂਦਾ ਸੀ ਉਹ ਵੇਖ ਕੇ ਹੱਸ ਪਈ ਬੁੱਧਾ ਖਸਿਆਣਾ ਜਾ ਹੋ ਕੇ ਕਬਰਾ ਗਿਆ ਦੰਦੀਆਂ ਕੱਢਦੇ ਬੋਲਿਆ ਲੈ ਹੁਣ ਮੈਂ ਭੁਲਾ ਦਿਆਕਰੇ ਧਮਾਣਾ ਦੇ ਜੰਮਿਆਂ ਸੀ ਵੇ ਜੰਮਿਆਂ ਤਾਂ ਨਹੀਂ ਸੀ ਸਾਰੀ ਉਮਰ ਤਮਾਣਾ ਦੇ ਨਾਲ ਤਾਂ ਕੱਟੀ ਐ ਦਿਆਕਰ ਨੇ ਉਹਵੇਂ ਹੱਸਦਿਆਂ ਆਖਿਆ ਭਾਜੇ ਜੁਲਾਈਆਂ ਦੇ ਪੁੱਤਾਂ ਨੂੰ ਨਲੀਆਂ ਬਣਾਉਣੀਆਂ ਆ ਜਾਣ ਤਾਂ ਤਤਖਾਣਾ ਦੀ ਰੋਜ਼ੀ ਨਾ ਮਾਰ ਦੇਣ ਪਰ ਉਸੇ ਪਲ ਦਿਆਕਰ ਨੂੰ ਖਿਆਲ ਆਇਆ ਵੀ ਉਹਨੇ ਬੁੱਧੇ ਨੂੰ ਬੁਰੀ ਗੱਲ ਕਹਿਤੀ ਬਿੰਦਕ ਮਗਰੋਂ ਫੇਰ ਉੱਚੀ ਹੱਸ ਕੇ ਆਖਿਆ ਤੈਨੂੰ ਤਾਂ ਬਸ ਬੱਸ ਜੱਪ ਕੀ ਪਈਆ ਅਮਰੂ ਰਹਤੀਆ ਵੀ ਤੁਹਾਡੇ ਲਾਣੇ ਚੋਈਆਂ ਨਾ ਰਾਮਦਾਸੀਆ ਵੇਗਲਾ 100 100 ਕੋ ਤਾਈ ਉੱਗਾ ਕਾਰੀਗਰ ਪੰਜ ਸੱਤ ਦੇ ਨਾਂਖ ਵੇਖ ਕੇ ਸੱਚੀ ਦਇਆ ਕੋਨੇ ਬੁੱਧੇ ਦੀ ਝਿਜਕ ਦੂਰ ਕਰਤੀ ਸਾਰੀ ਉਮਰ ਉਹਨੇ ਇਕੱਲਿਆਂ ਕੰਮ ਨਹੀਂ ਸੀ ਕੀਤਾ ਪਰ ਹੁਣ ਦਸਾਂ ਕਿ ਦਿਨਾਂ ਚ ਨਿੱਕੀਆਂ ਨਿੱਕੀਆਂ ਕਈ ਚੀਜ਼ਾਂ ਬਣਨ ਲੱਗ ਪਿਆ ਥਾਪੇ ਘੋਟੇ ਨਿੱਕੀਆਂ ਮਧਾਣੀਆਂ ਲੂਣ ਮਿਰਚਾਂ ਵਾਲੀਆਂ ਪੇੜਾਂ ਘੜਬੀਆਂ ਜੀਆਂ ਪੀੜੀਆਂ ਉਹਦੀ ਕਿੰਨੀਆਂ ਇਹ ਬਣਾਵਣਾ ਵੇਚਦੀਆਂ ਚਰਖਿਆਂ ਦੀਆਂ ਗੁੱਝਾਂ ਠੋਕ ਦਿੰਦਾ ਚੱਕੀਆਂ ਦੀਆਂ ਮਾਨੀਆਂ ਪਾ ਲੈਂਦਾ ਚੱਕੀਆਂ ਰਾਹ ਆਉਂਦਾ ਤੇ ਆਪਣਾ ਬਣਾਇਆ ਨਿਕ ਸੋਕ ਗਲੀਆਂ ਚ ਗੇੜੇ ਮਾਰ ਕੇ ਵੇਚ ਆਉਂਦਾ ਤੇ ਕਈ ਵੇਰੇ ਉਹ ਆਥਣ ਤਾਂ ਹੀ 2-2 ਰੁਪਏ ਵੀ ਵਟ ਲੈਂਦਾ ਪਰ ਸਾਰੇ ਪਾਸੇ ਆਥਣੇ ਇਕੱਠੇ ਕਰਕੇ ਦਿਆਕਰ ਨੂੰ ਫੜਾ ਦਿੰਦਾ ਤਾਂ ਦਿਆਕਰ ਨੂੰ ਸਾਰੇ ਮੋੜ ਦਿੰਦੀ ਕਈ ਦਿਨ ਉਹ ਇਉਂ ਹੀ ਕਰਦਾ ਰਿਹਾ ਪਰ ਇੱਕ ਦਿਨ ਦਿਆਕਰ ਨੇ ਬਨੋਟੀ ਗੁੱਸੇ ਨਾਲ ਛਿੜਕ ਦਿਆਂ ਕਿ ਆ ਤਨ ਵੀ ਵੇਰੇ ਆਖਿਆ ਵੀ ਜਿਹੜੇ ਵਟ ਦਾ ਜਿਹੜੇ ਵਟ ਦਾ ਹੁੰਨੇ ਸਾਰੇ ਘਰ ਨੂੰ ਲੈ ਜਾਇਆ ਕਰ ਹੁਣ ਇਹ ਦੂਗਾਹ ਨੂੰ ਮੁੜ ਕੇ ਮੈਨੂੰ ਫੜਾਏ ਆ ਤਾਂ ਮੈਂ ਜਬਾੜਿਆਂ ਤੇ ਮਾਰੂ ਪਰ ਲੱਕੜ ਕਿਲ ਪੱਤਰੀ ਤੈਥਈ ਉਹ ਲੱਗਦਾ ਹੈ ਕੁਝ ਕਿਲ ਪੱਤਰੀਆਂ ਦਾ ਬਸ ਜੇ ਹੁਣ ਬੋਲੇ ਤਾਂ ਮੇਰੇ ਕੋਲੇ ਖੁੰਡਾ ਪਿਆ ਬੁੱਧਾ ਚੁੱਪ ਕਰ ਗਿਆ ਤੇ ਉਦੋਂ ਪਿੱਛੋਂ ਨੇ ਦਇਆ ਕਰ ਨੂੰ ਕੋਈ ਪੈਸਾ ਨਾ ਫੜਾਇਆ ਪਰ ਉਹ ਹੈਰਾਨ ਹੁੰਦਾ ਰਹਿੰਦਾ ਵੀ ਇੰਨਾ ਖਰਚੋ ਕਿੱਥੋਂ ਤੋਰਦੀ ਸੀ ਬੂਟੇ ਤੇ ਦੋਏ ਨਿਆਣੇ ਕਈ ਕਈ ਦਿਨ ਉਸੇ ਕੋਲ ਰੋਟੀ ਖਾਂਦੇ ਭਗਤੇ ਦੇ ਮੁੰਡਿਆਂ ਲਈ ਕੁਝ ਨਾ ਕੁਝ ਉਹਨੇ ਤਾਂ ਮੰਗਾਈ ਰੱਖਦੀ ਭਗਤੇ ਦੇ ਘਰ ਕਦੇ ਕਣਕ ਕਦੇ ਮੂੰਗੀ ਮੋੜ ਕਈ ਹੋਰ ਸੀਦਾ ਭੇਜ ਰੱਖਦੀ ਰੇੜੀਆਂ ਦਾ ਸਾਰਾ ਕਰਾਇਆ 20 ਰੁਪਏ ਮਸਾ ਬਣਦਾ ਸੀ ਉਸ ਤੋਂ ਵੀ ਕਾਨੀਏ ਦਾ ਉਹ ਦਹੀਂ ਲੈਂਦੀ ਸੀ ਫੇਰ ਵੀ ਹੁਣ ਤਾਂ ਹੀ ਉਹ ਕਿਸੇ ਗੱਲੋਂ ਥੜਕੇ ਨਹੀਂ ਸੀ ਬੈਠੀ ਪਰ ਜਾਈ ਜੇ ਤੰਗੀ ਫੰਗੀ ਹੋਵੇ ਤਾਂ ਦੱਸ ਦੇ ਡੰਗ ਸਾਰ ਲਾਂਗੇ ਇੱਕ ਦਿਨ ਬੁੱਧੇ ਦੇ ਅੱਖੇ ਵੇਖੇ ਬੂਟਾ ਇੰਨੀ ਗੱਲ ਕਹਿਤਾ ਬੈਠਾ ਪਰ ਉਹਨੂੰ ਖਿਹੜਾ ਚ ਡਰੋਂ ਅੱਖ ਹੋ ਗਿਆ ਤੂੰ ਆਪਦੇ ਆਪ ਨੂੰ ਸਮਝਦਾ ਕੀ ਆ ਵੇ ਟੌਂਡਿਆ ਦਿਆਲਕੁਰਪੂ ਭੁਕੇ ਅੰਗ ਪੜਕ ਪਈ ਤੇਰੇ ਖਿਆਲ ਚ ਦਿਆਲਕੁਰ ਮੰਗਤੀ ਐ ਵੱਡਾ ਦਾਤਾ ਆ ਗਿਆ ਇਹ ਮੇਰਾ ਡੰਗ ਸਾਰਨ ਵਾਲਾ ਉਹਦਾ ਤਰਖਤ ਬੋਲ ਤੇ ਅੱਖਾਂ ਦੀ ਘੂਰ ਬੂਟੇ ਤੋ ਬੰਦੂ ਵੀ ਹੋਰ ਨਾ ਸਹਾਰੀ ਗਈ। ਉਹਨੇ ਦੋ ਹੱਥ ਜੋੜ ਨਮਾਜ਼ ਪੜਨ ਵਾਲਿਆਂ ਗੋਡਿਆਂ ਭਾਰ ਹੋ ਕੇ ਸਿਰ ਨੀਵਾ ਕਰਦਿਆਂ ਮੱਥੇ ਨੂੰ ਹੱਥ ਲਾਏ ਤੇ ਫਿਰ ਧਰਤੀ ਵੱਲ ਝਾਂਕਦਿਆਂ ਬੋਲਿਆ। ਮਤਉ ਭੁੱਲ ਹੋ ਗਈ ਬਾਬਿਓ ਐਤ ਕੀ ਬਖਸ਼ੋ। ਦਿਆਕਰ ਦਾ ਗੁੱਸਾ ਭਾਵੇਂ ਬੂਟੇ ਦੀ ਇਸ ਹਸਾਉਣੀ ਗੱਲ ਨਾਲ ਵੀ ਪੂਰੀ ਤਰ੍ਹਾਂ ਨਹੀਂ ਸੀ ਲੱਥਾ ਪਰ ਘਟ ਗਿਆ ਸੀ। ਉਹਨੇ ਸਮਝ ਲਿਆ ਸੀ ਵੀ ਦਿਆਕਰ ਨੂੰ ਇਸ ਗੱਲ ਦਾ ਦਿਲੋਂ ਦੁੱਖ ਹੋਇਆ ਸੀ। ਉਹ ਦਿਨ ਹੱਦ ਬੂਟੇ ਨੇ ਕਦੇ ਅਜਿਹੀ ਗੱਲ ਨਾ ਛੇੜੀ। ਉਸ ਵਿੱਚ ਉਹデア ਕਰਨੀ ਸਾਰੀ ਗੱਲ ਆਈ ਗਈ ਕਰ ਛੱਡੀ ਧੰਨਵਾਦ